हां जी अस्सलाम वालेकुम ਤੁਸੀਂ ਦੇਖ ਰਹੇ ਹੋ এবিসি ਪੰਜਾਬੀ ਚੈਪਟਰ ਨੰਬਰ 9 ਹੈ ਸਾਡੇ ਕੋਲ ਚੀਕੂ ਚੀਕਾ ਮੂਨੇ ਦਾ ਤੇ ਅੱਗੇ ਵੀ ਤੁਹਾਨੂੰ ਪਹਿਲੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਵੀ ਨਹੀਂ ਲਾਈਕ ਕਰੋ ਵੀਡੀਓ ਨੂੰ ਬੜ ਬੜ ਸ਼ੇਅਰ ਕਰੋ ਕਿ ਬਾਕੀ ਨਹੀਂ ਹੈਲਪ ਹੋ ਸਕੇ ਔਰ ਚੈਪਟਰ ਨੰਬਰ 9 ਦੇ ਪਾਠ ਹੋਣਗੇ ਦੋ ਜਿਹਦੇ ਵਿੱਚ ਪਹਿਲਾ ਸਟਾਪ ਪਾਰਟ ਅਸੀਂ ਕਰਦੇ ਹਾਂ ਸਟਾਰਟ ਤੇ ਸ਼ੇਅਰ ਉਹਨਾਂ ਬੰਦਿਆਂ ਨੂੰ ਕਰਨਾ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੇ ਵੀ ਕੀਤਾ ਹੋਇਆ ਕਿ ਜਿਹੜਾ ਸਾਡਾ ਮਕਸਦ ਹੈ ਕਿ ਹੁਣ ਬੰਦੇ 20 ਤੋਂ ਨਹੀਂ ਰੁਕਣ ਹੈ ਵੀ ਅਗੂ ਸੀ ਕਰਨ ਚੀਕੂ ਚੀਕਾ ਚੀਕੂ ਜੀ ਮਰਚੀ ਕਰਨ ਪਰਸੋਨੇ ਕਰਨ ਹੁਣ ਬੰਦਿਆਂ ਵਿੱਚ ਸਾਡੇ ਵਿੱਚ ਥੋੜੇ ਜਿਹਾ self development ਦਾ ਟਾਈਮ ਆ ਗਿਆ ਹੈ ਆਪੇ ਇਹਨੂੰ ਡਿਵੈਲਪ ਕਰਨਾ ਅੱਜ ਅਸੀਂ ਟਰੱਕ ਦਾ ਬਸਤਾ ਤੋਂ ਨਹੀਂ ਪਹੁੰਚਾਂਗੇ ਤੇ ਕੱਲ ਤਾਂ ਅਸੀਂ ਟ੍ਰੇਨਾਂ ਤੱਕ ਪਹੁੰਚਾਂਗੇ ਤੇ ਕਹਿੰਦੇ ਨੇ ਬੇ ਦਾਨੀ ਲਗਾਤੀ ਲਾਗੂ ਹਿਦਾ ਜਿਹੜੇ ਦਾਨੀ ਨੁਕਸਾਨ ਜੁੜੇ ਹੋਏ ਨੇ ਡਰਾਈਵ ਕਰਨ ਦੇ ਨਾਲ ਕਹਿੰਦੇ ਦੌਰਾਨ ਤੇ ਐਕਟੀਵਿਟੀ ਪਰਫੈਸ਼ਨਲ ਹੈ ਪ੍ਰੋਫੈਸ਼ਨਲੀ ਕੰਮ ਕਰਨ ਦੇ ਦੌਰਾਨ ਇਲ ਗੰਦੂਚੀਆ ਤੇ ਐਸਪੋਸਟੋ ਡਰਾਈਵਰ ਜਿਹੜਾ ਉਹ ਉਹਨੂੰ ਹੋ ਸਕਦਾ ਹੈ ਕਿ ਟਰਾਉਮਾ ਕਨਸੀਕੁਐਂਟੇ ਜ਼ਖਮ ਹੋ ਸਕਦੇ ਨੇ ਇਹਨਾਂ ਤੀਜੇ ਵਿੱਚ ਆ ਇੰਜੀਨਰ ਦਰਦ ਵਾਲੀ ਰੋਡ ਐਫੀਰਿੰਡੈਂਟ ਇਹ ਰੋਡ ਐਕਸੀਡੈਂਟ ਦੇ ਨਤੀਜੇ ਵਿੱਚ ਜ਼ਹਿਰੀ ਗਲ ਹੈ ਡਰਾਈਵਰ ਨੂੰ ਨੁਕਸਾਨ ਨੁਕਸਾਨات ਇਸ ਤਰ੍ਹਾਂ ਦੇ ਹੋ ਸਕਦੇ ਨੇ ਐਕਸੀਡੈਂਟ ਦੀ ਜ਼ਹਿਰੀ ਗਲ ਅਦਰ ਉਸ ਕੰਮ ਵੀ ਹੋਇਆ ਚੋਟਾਂ ਵਗੈਰਾ ਲੱਗ ਸਕਦੀਆਂ ਤੋਂ ਮਾਨ ਚੋਟ ਲੱਗਣਾ ਕਿਉਂਕਿ ਜਿਹੜੀ ਬੇਸਿਕਲੀ ਹੁੰਦੇ ਨੇ ਨਾ ਦਾ ਨਹੀਂ ਲਗਾਤੇ ਜਿਹੜੇ ਨੁਕਸਾਨ ਜੁੜੇ ਹੁੰਦੇ ਨਾਲ ਲੱਗ ਵੀ ਦਾ ਡਰਾਈਵ ਕਰਨ ਦੇ ਦੌਰਾਨ ਜਿਹਦੇ ਜਿਹਦੇ ਬਾਰੇ ਸੀ ਬਾਣੇ ਆ ਇਹ ਕਿਹੜੇ ਕਿਹੜੇ ਹੁੰਦੇ ਨੇ ਡਿਸਟਰਬ ਆਫ ਫਿਜ਼ੀਓਲੋਜੀ ਜਿਸ ਇਨ ਕੀ ਦਿਮਾਗੀ ਤੌਰ ਤੇ ਬੰਨੇ ਡਿਸਟਰਬ ਹੋਣਾ ਠੀਕ ਹੈ ਦੂਸਰੇ ਨੰਬਰ ਤੋਂ ਨਜ਼ਰ ਆ ਰਿਹਾ ਕਿ ਜਿਵੇਂ ਇਨ ਟੋਸੀਕੈਸ਼ਨੇ ਯਾਨੀ ਕਿ ਐਵੀ ਇੱਕ ਨਸ਼ਾ ਬਿਮਾਰੀ ਹੈ ਹਲੂਦਗੀ ਵਗੈਰਾ ਦੀ وجہ ਨਾਲ ਜਿਹੜੀ ਕਿ ਖਾਂਸੀ ਵਗੈਰਾ ਇਹ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਇਹਦੇ ਤੋਂ ਇਲਾਵਾ ਡਿਸਟਰਬ ਫਿਜ਼ੀਕਲੀ ਰਾ ਉਹ ਬੰਦੇ ਦਾ ਡਿਸਟਰਬ ਹੋਣਾ ਬਿਮਾਰ ਹੋਣਾ ਐ ਟ੍ਰੋਮਾ ਇਲੈਸਿਓਨੀ ਡਿਸਟ੍ਰਾਸਿਓਨੇ ਝੋਟਾ ਲੱਗਣੀਆਂ ਜ਼ਖਮ ਹੋਣੇ ਔਰ ਇਹ ਚੀਜ਼ਾਂ ਜਿਹੜੀਆਂ ਨੇ ਨਮਾਇਆ ਇਹਦਾ ਵਾਜ਼ਿਆ ਅਸਰਤ ਹੁੰਦੇ ਨੇ ਜ਼ਿੰਦਗੀ ਦੇ ਉਤੇ ਇਹ ਜਿਹੜੀ ਜ਼ਾਨੀ ਲੇਗਾ ਟਾ ਲਾ ਗੁਇਡਾਇਰੀ ਨੁਕਸਾਨ ਜੁੜੇ ਹੁੰਦੇ ਨੇ ਡਰਾਈਵ ਕਰਨ ਦੇ ਦੌਰਾਨ ਕਹਿੰਦੇ ਦੌਰਾਨ ਆਉਂਦੀ ਵੀ ਤਾਂ ਡਰਾਈਵ ਕਰਨ ਦੌਰਾਨ ਐਕਟਿਵਿਟੀ ਕਰਨ ਐਕਟਿਵਿਟੀਜ਼ ਕੰਮ ਕਰਨ ਪ੍ਰੋਫੈਸ਼ਨਲੀ ਪ੍ਰੋਫੈਸ਼ਨਲ ਕੰਮ ਕਰਨ ਦੌਰਾਨ ਇਹ ਕੰਦੂਚਾਂ ਤੇ ਐਸਪੋਸ ਦਾ ਡਰਾਈਵਰ ਨੂੰ ਉਸਦੇ ਇਤਰੂ ਮੀ ਕੰਸੀਕਵੈਂਟ ਯਾ ਇੰਜੀਨੀਅਰ ਸਰਦਾ ਲਈ ਇੱਕ ਰੋਡ ਐਕਸੀਡੈਂਟ ਦੇ ਨਤੀਜੇ ਵਿੱਚ ਝੋਟਾਂ ਵਗੈਰਾ ਲੱਗ ਸਕਦੀਆਂ ਨੇ ਦਰੂਸੀਆਂ ਪੇਪਰ ਆ ਕੰਸੀਕਵੈਂਟ ਦੇ ਨਤੀਜਾ ਦੌਰਾਨ ਤੇ ਅਤੀਵਿਤਾ ਪ੍ਰੋਫੈਸ਼ਨਲੀ ਐਕਟੀਵਿਟੀਜ਼ ਪ੍ਰੋਫੈਸ਼ਨਲੀ ਕੰਮ ਕਰਦੇ ਦੌਰਾਨ ਇੱਕ ਕੰਦੂਚਾਂ ਤੇ ਐਸਪੋਸ ਵਾਲਾ ਸਿਓਨੇ ਡਰਾਈਵਰ ਨੂੰ ਜਿਹੜੇ ਨੂੰ ਲੈਸੀਓਨ ਚੋਟਾ ਲੱਗਦੀਆਂ ਨੇ ਕੌਨਸੀਕਵੈਂਟ ਜਾਂ ਇਨਸੀਡੈਂਟ ਇਹ ਇਨਚੈਂਡੀਓ ਜੇ ਡਰਾਈਵਰ ਨੂੰ ਕਹਿੰਦੇ ਬੇ ਚੋਟਾ ਲੱਗ ਸਕਦੀਆਂ ਨੇ ਕੌਨਸੀਕਵੈਂਟ ਹੀ ਆ ਇਨਚੈਂਡੀਓ ਅੱਗ ਲੱਗਣ ਦੇ ਲਈ ਵਜਨ ਨਾਲ ਕਿਨੇ ਡਰੰਤ ਦਰਾਂਤ ਹੈ ਤੇ ਵੀ ਦਾ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਕੰਮ ਕਰਨ ਦੇ ਦਰਾਂਤ ਡਰਾਈਵਰ ਨੂੰ ਲੈਸੀਓਨ ਚੋਟਾ ਲੱਗ ਸਕਦੀਆਂ ਨੇ ਠੀਕ ਹੈ ਜ਼ਹਮ ਹੋ ਸਕਦੇ ਨੇ ਕੌਨਸੀਕਵੈਂਟ ਹੀ ਆ ਇਨਚੈਂਡੀਓ ਦੇ ਇੱਕ ਐਕਸੀਡੈਂਟ ਦੇ ਨਤੀਜੇ ਦੇ ਵਿੱਚ ਦਰਸਤ ਕੰਪੇਅਰ ਹੋਇਆ ਦਰਾਂਤਿਆ ਤੀ ਵੀਤਾ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਕੰਮ ਕਰਨ ਦੇ ਰਾਨ ਇੱਕੰਦ ਚੈਂਤੇ ਪੋ ਐਸਰੈਸ ਪੋਸਟ ਔਰ ਡਰਾਈਵਰ ਨੂੰ ਹੋ ਸਕਦਾ ਹੈ ਕਿ ਇਨ ਟੋਸੀਗਾਸਿਓਨੇ ਜਿਹੜੀ ਕਿ ਇਹ ਨਸ਼ਾ ਵਗੈਰਾ ਜਾਂ ਬਿਮਾਰੀ ਹੋਰ ਲੱਜੇ ਪਰ ਇਨਕੁਨਿਮੈਂਟ ਅੰਬਿਆਂਦੇ ਇਨਕੁਨਿਮੈਂਟੋ ਯਾਨੀ ਕਿ ਮਾਹੌਲ ਦੇ ਵਿੱਚ ਅਮ ਇਮਬਿਆਂਦੇ ਨਾ ਮਾਹੌਲ ਵਾਤਾਵਰਨ ਅੰਬਿਆਂਦੇ ਮਾਹੌਲ ਦੇ ਵਾਤਾਵਰਨ ਦੇ ਵਿੱਚ ਇਨਕੁਨਿਮੈਂਟ ਦੇ ਾਲੂਦਗੀ ਪੋਲਿਊਸ਼ਨ ਜਿਹੜੀ ਹੁੰਦੀ ਹੈ ਪੋਲਿਊਸ਼ਨ ਦੀ ਵਜ੍ਹਾ ਨਾਲ ਕਹਿੰਦੇ ਵੇ ਇਹ ਬਿਮਾਰੀਆਂ ਨਸ਼ਾ ਵਗਰ ਲੱਗ ਸਕਦਾ ਹੈ ਜਿਹੜਾ ਖਾਸੀ ਵਗੈਰਾ ਉਹਦੇਦਰ ਸੀ ਅੰਬਿਆ ਇਹ ਕਹਿੰਦੇ ਦਰਾਂਤ ਐ ਐਕਟਿਵਿਤਾ ਪ੍ਰੋਫੈਸ਼ਨਲ ਦਰਾਂਤ ਐਕਟੀਵਿਟੀਆਂ ਪ੍ਰੋਫੈਸ਼ਨਲੀ ਕੰਮ ਕਰਨ ਦੇ ਦੌਰਾਨ ਇੱਕ ਅੰਦੁਚੈਂ ਤੇ ਐਸਪੋਸਟੋ ਆ ਥਿਸਟੋ ਰੀਜ਼ਿਉਨੀ ਇਸਟੋ ਰੀਜ਼ਿਉਨੀ ਅੰਦਰ ਮੋਚ ਆਉਣਾ ਠੀਕ ਹੈ ਦਸਤਰਾਸ਼ੋ ਨੇ ਅੰਦਰ ਬਤਿਆ ਨਹੀਂ ਦਸਤੋ ਰੀਜ਼ਿਉਨੀ ਅੰਦੇ ਮੋਚ ਆਉਣਾ ਯਾਨੀ ਕਿ ਮੋਚ ਆਉਣ ਦੀ ਗੱਲ ਕਰ ਰਹੇ ਨੇ ਦਲੀਆਰਤੀ ਜਿਹੜੇ ਆਰਟੀਓ ਦੇ ਐਜ਼ਾਨ ਹੈ ਉਹਨਾਂ ਨੂੰ ਮੋਚ ਆ ਸਕਦੀ ਹੈ ਦਬੂਤੋ ਅਲਾ ਸਲੀਤਾ ਓ ਦਿਸ਼ੇਜ਼ਾ ਅਲਾ ਕਬੀਨਾ ਜਿਹੜੀ ਕਿ ਵਜਾ ਬਣ ਸਕਦੀ ਹੈ ਸਲੀਤਾ ਚੜਨ ਦੀ ਵਜ੍ ਨਾਲ ਔਰ ਉਤਰਨ ਦੀ ਵਜ੍ ਨਾਲ ਕਬੀਨਾ ਦੇ ਕੇਬਨ ਦੇ ਵਿੱਚ ਜਿਹੜੀ ਗੱਲ ਹੈ ਕੇਬਨ ਜਿਹੜਾ ਹੁੰਦਾ ਟਰੱਕਾਂ ਦੇ ਉੱਤੇ ਹੁੰਦਾ ਨਾ ਇਸ ਕਰਕੇ ਚੜ੍ਹਨ ਟੱਲਣ ਲਈ ਵੀ ਉੱਤੇ ਮੋਚ ਵਗੈਰਾ ਆ ਸਕਦੀ ਹੈ ਦਰੁਸ ਕਿੰਪੇ ਵਗ ਰਿਹਾ ਹੈ ਤੇ ਅਸੀਂ ਦੇਖਿਆ ਸੀ ਨਾ ਉੱਤੇ ਜਿਹੜੀ ਪਿਕਚਰ ਦੇ ਵਿੱਚ ਉਹਦੇ ਵਿੱਚ ਡਿਸਟਰਬ ਫਿਜ਼ੀਕਲੋਜੀ ਇਹ ਇੰਟੋਸੀਗਾਜ਼ਿਓਨੇ ਡਿਸਟਰਬ ਫਿਜ਼ੀਜੀ ਇਹਦੇ ਵਿੱਚ ਥੱਲੇ ਆ ਰਿਹਾ ਸੀ ਅੰਦਰ ਇਹ ਟ੍ਰੋਮਾ ਲੇਸਿਓਨੇ ਚੋਰਸ ਵਗੈਰਾ ਲੱਗ ਰਿਹਾ ਜਹਾ ਮੇਰਾ ਹੋ ਜਾਣਾ ਹੈ ਦੀਸਟੋਰੀਜ਼ਿਓਨੇ ਸੀ ਜਿਹੜਾ ਤਾਂ ਕਿ ਮਕਸਦ ਸੀ ਉਸ ਟਾਈਮ ਤੇ ਆਣੀ ਕਿਤਾ ਇਹਦਾ ਮਕਸਦ ਹੈ ਸੀ ਕਿ ਜਿਹੜਾ ਮੋਚ ਵੀ ਆ ਜਾਂਦੀ ਠੀਕ ਹੈ ਇਸ ਕਰਕੇ ਦਰਦ ਕਿੰਪ ਵੀ ਰਹਾ ਮੋਚ ਵੀ ਆ ਸਕਦੀ ਹੈ ਪੈਰ ਪੁੱਟਾ ਝਟਾ ਹੋ ਜਾਂਦਾ ਨਾ ਲੇਗਾ ਕਹਿੰਦੇ ਨੇ ਬੇ ਦੌਰਾਨ ਤੇ ਲਾਤੀਵਿਤਾ ਪ੍ਰੋਫੈਸ਼ਨਲ ਐਕਟੀਵਿਟੀ ਪ੍ਰੋਫੈਸ਼ਨਲ ਕੰਮ ਕਰਦੇ ਰਣ ਇਹ ਕੰਦੋ ਚੰਦੇ ਐਕਸਪੋਸ ਤੋਂ ਪੈਥੋਲੋਜੀਓ ਅਪਾਰਾਟੇ ਮਸਕੁਲਿਸਕੇ ਇਸਕੇ ਇਸਕੇ ਲਈ ਤਰੀਕੇ ਜੇ ਇਸਕੇ ਲਈ ਕਹਿੰਦੇ ਜਿਹੜਾ ਡਰਾਈਵਰ ਹੈ ਇਹ ਇਹਦਾ ਪਤਾ ਰੱਖ ਸਕਦਾ ਕਿ ਜਦ ਜਦ ਹੀ ਤੇ ਪੱਠੇ ਵਗੈਰਾ ਖਿੱਚੇ ਜਾਣ ਠੀਕ ਹੈ ਆ ਕੋਸਤ ਲਾ ਪੋਸਚੁਰਾ ਸੋ ਸੇ ਕੋ ਰਹਿਤਾ ਐਸ ਕੋ ਰਹਿਤਾ ਹੁੰਦਾ ਵੀ ਕਾਰੇਕਟਰ ਪ੍ਰੋਪਰ ਨਹੀਂ ਸੀ ਐ ਵੀ ਦਰੁਸ ਕਿੰਵੇ ਜੇ ਪੋਸਚੁਰਾ ਕਾਰੇਕਟਰ ਨਾ ਹੋਵੇ ਤਾਂ ਜਾਈ ਗਲੇ ਪ੍ਰੋਬਲਮ ਹੋ ਸਕਦੀ ਐ ਪੱਠੇ ਵਗੈਰਾ ਖਿੱਚਣਗੇ ਠੀਕ ਐ ਦਰਦਪੁਰ ਲੱਕ ਦੀ ਹੱਡੀ ਚ ਲੰਬੇ ਟਾਈਮ ਲਈ ਜੇ ਤੁਸੀਂ ਵੰਗੇ ਬੈਠ ਰਹੋ ਬਤ ਉਹਦੇ ਨਾਲ ਵੀ ਲੱਕ ਦੀ ਹੱਡੀ ਤੱਕ ਜਿਹੜੀ ਐ ਰੀਡ ਦੀ ਹੱਡੀ ਉਹ ਵੀ ਉਹਨੂੰ ਵੀ ਨੁਕਸਾਨ ਹੋ ਜਾਂਦਾ ਹੈ ਐ ਕਿੰਨੇ ਬੇ ਨੈਕਸਟ ਆ ਗਿਆ ਸਾਡੇ ਕੋਲੇ ਐ ਪੈਥੋਲੋਜੀ ਪ੍ਰੀਕੁਐਂਟੇ ਆਟੋਟ੍ਰਾਂਸਪੋਰਟਾਟੋਰੀ ਕਹਿੰਦੇ ਜਿਹੜੀਆਂ ਚੀਜ਼ਾਂ ਜ਼ਿਆਦਾਤਰ ਪ੍ਰੋਬਲਮ ਪੇਸ਼ ਆਉਂਦੀਆਂ ਨੇ ਇ ਕਾਟੋਟ੍ਰਾਂਸਪੋਰਟੋਰੀ ਨਹੀਂ ਐਲ ਸਰਪਾਸਾਰ ਐਸ ਸੋਪਰਾਪੇਜ਼ੋ ਕੰਪੋਰਤਾ ਕਾਰੀਗੀ ਤਨੋਜ਼ੀ ਸੋਪਰਾਪੇਜ਼ੋ ਓਵਰਲੋਡ ਹੁੰਦਾ ਜਿਹੜਾ ਜਨ ਐਲਸੋਪਰਾਪੇਜ਼ੋ ਜਿਲ ਕੰਪੋਟਾ ਸ਼ਾਮਿਲ ਹੈ ਕਾਰੀਗੀ ਦਨੋਜ਼ ਵੀ ਜਿਹੜਾ ਵਜ਼ਨ ਪੋਏ ਨੁਕਸਾਨ ਦੇ ਹੁੰਦਾ ਪਰ ਇਕੁਲਾ ਨਾ ਵਰਟੇਬ੍ਰਲ ਦਰ ਕੰਡੂਜੈਂਤੇ ਜਿਹੜਾ ਕੋਲਾਨਾ ਵਰਟੀਬਰਲ ਹੈ ਨਾ ਇਹਨਾਂ ਦੇ ਪੱਟੀਆਂ ਦੀ ਜਿਹੜੀ ਹੈ ਨਾ ਪ੍ਰੋਬਲਮ ਵਿੱਚ ਸਭ ਤੋਂ ਜ਼ਿਆਦਾ ਬੰਦਾ ਕਹਿ ਸਕਦਾ ਕਿ ਜਿਹੜੀ ਰੀਡ ਦੀ ਹੈ ਕੋਲਾਨਾ ਵਰਟੀਬਰਲ ਗਰੀਡ ਇਸ ਨੂੰ ਕਹਿੰਦੇ ਨੇ ਵਿਦਨੋ ਜ਼ੋਨ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ ਠੀਕ ਹੈ ਦਰ ਇਸ ਕਿੰਪੇਅਰ ਹੋਇਆ ਐਗੈਨਬੇ ਇਹਨਾਂ ਲਬੋਰੀਜ਼ਾ ਜਿਹਦੀ ਜੈਸਸਿਓਨੇ ਜੇ ਤੁਸੀਂ ਅ ਥੋੜਾ ਮੇਧ ਵਗੈਰਾ ਕੰਮ ਕਰ ਡਾਈਜੈਸਟ ਡਾਈਜੈਸਟ ਕਰੇ ਸਮਾਨ ਨੂੰ ਦੋਪੋ ਉਹਨਾਂ ਪਾਸ ਪਾਸ ਤੋਂ ਅਬੋਂਡਾਂਟੇ ਬਹੁਤ ਜ਼ਿਆਦਾ ਖਾਣਾ ਵਗੈਰਾ ਖਾਣ ਤੋਂ ਬਾਅਦ ਠੀਕ ਹੈ ਪੋ ਪ੍ਰੋਵੇਕਾਰੇ ਸੋਨੋਲੈਂਜ਼ ਅਲਕੰਦੂ ਜਿੰਦ ਕਨੇ ਵਜਾ ਬਣ ਸਕਦੀ ਹੈ ਸੋਨੋਲੈਂਜ਼ ਦੀ ਸੁਸਤੀ ਨਮੋਸਤੀਆਂ ਕਨੋਦਗੀ ਹੋਣਾ ਡਰਾਈਵਰੀ ਦੂਸਰੇ ਸਕੇਮੇ ਪਰ ਹੈ ਕਨੇ ਲਾ ਪ੍ਰਾਟਿਕਾ ਰੈਗੁਲਾਰੇ ਦੀ ਐਕਸਰਸੀzio ਦੀ ਫਿਜੀਚੋ ਕਰਨ ਪੇ ਰੈਗੂਲਰ ਕਰਨਾ ਜਿਹੜਾ ਫਿਜ਼ਿਕਲੀ ਕੰਮ ਹੁੰਦਾ ਪੋਇਸੇ ਫੋਂਤੇ ਦੀ ਸਟ੍ਰੈਸ ਕਿਨ ਸਟ੍ਰੈਸ ਦੀ ਵਜ੍ਹਾ ਬਣਦੀ ਹੈ ਪ੍ਰਾਤੀਗਰ ਰੈਗੂਲਰ ਰੈਗੂਲਰਲੀ ਕੰਮ ਕਰਨਾ ਇਹਦੀ ਚੀਜ਼ ਫਿਜ਼ਿਕਲੀ ਫਿਜ਼ਿਕਲੀ ਪੋਇਸੇ ਫੋਂਤੇ ਦੇ ਸਟ੍ਰੈਸ ਦੇ ਕੰਡੂਜਾਂਤੇ ਫਿਜ਼ਿਕਲੀ ਜੇ ਕੰਮ ਕਰਨਾ ਪੋਏ ਡਰਾਈਵਰ ਨੂੰ ਤੇ ਇਹ ਵਜ੍ਹਾ ਮਨਸੀ ਦੀ ਸਟ੍ਰੈਸ ਦੀ ਡਰਾਈਵਰ ਨੂੰ ਕਵਿੰਦੀ ਓਮੈਂਟਾਰ ਰਿਸਕਿਓ ਦੀ ਇਨਸੀਡੈਂਟੇ ਸਟ੍ਰਾਡਾਲੇ ਯਾਨੀ ਕਿ ਦਿਨਾਲ ਰਿਸਕ ਵਧੇਗਾ ਐਸ ਰੋਡ ਐਕਸੀਡੈਂਟ ਦਾ ਦੇਖੋ ਜੀ ਫਿਜ਼ਿਕਲੀ ਕੰਮ ਹੁੰਦਾ ਹੁਣਾ ਹੁੰਦਾ ਜੇ ਗੱਡੀ ਵੀ ਤੁਸੀਂ ਚਲਾਣੀ ਫਿਜ਼ਿਕਲੀ ਚਲਾਣੀ ਰਹੀ ਗਲਤ ਕਿਨਫਾਸ ਹੋਇਆ ਏ ਜੇ ਤੁਸੀਂ ਬਾਕੀ ਰੋਲ ਦਾ ਰੈਗੂਲੇਸ਼ਨ ਨੂੰ ਫਾਲੋ ਕਰਦੇ ਐ ਐਕਸੀਡੈਂਟ ਦੇ ਵਜ੍ਹਾ ਨਹੀਂ ਬਣਦੀ ਐ ਵੀ ਐ ਕਿਨੇ ਵੇ ਕਾਰੀਕੋ ਕਾਰੀਕੋ ਮੈਟੀਰੀਅਲ ਹੈ ਕਾਰੀਕੋਸ ਕਾਰੀਕੋ ਮੈਟੀਰੀਅਲ ਦੇ ਬਾਰੇ ਗੱਲਾਂ ਹੈ ਕਹਿੰਦੇ ਨੇ ਵੇ ਲਕਦੂਤਾ ਦੇ ਕਾਰੀਕੋ ਜਿਹੜਾ ਡਿੱਗਦਾ ਸਮਾਨ ਦੇ ਕੰਦੂਚਿਆਂ ਦੇ ਡਰਾਈਵਰ ਦਾ ਅਦਲ ਪਿਆਨੋ ਦੀ ਕਾਰੀਕੋ ਨੋਨ ਰਿਐਂਤਰ ਤਰਾਲ ਰਿਸਕ ਫਿਜ਼ੀਕੋ ਕਹਿੰਦੇ ਜਦ ਸਮਾਨ ਦੇਖਦਾ ਹੈ ਨਹੀਂ ਰਿਐਂਤਰ ਨਹੀਂ ਇਹ ਫਿਜ਼ੀਕਲੀ ਰਿਸਕ ਵਿੱਚ ਯਾਨੀ ਕਿ ਫਿਜ਼ੀਕਲੀ ਨੁਕਸਾਨ ਦੇਣ ਦੀ ਵਜ੍ਹਾ ਬਣ ਸਕਦਾ ਹੈ ਵੀ ਵੈਲ ਕਿ ਨਿਫਾਲਸ ਹੈ ਫਿਜ਼ੀਕਲੀ ਨੁਕਸਾਨ ਤੇ ਸਮਾਨ ਡਿੱਗਣ ਲੱਗਿਆ ਤੇਰੇ ਲਈ ਬਣ ਸਕਦਾ ਹੈ ਨਾ ਇਸ ਕਰਕੇ ਫਾਲਸ ਹੋ ਲੀਏ ਇਨ ਫਰਤੂਨਾਤ ਇਨ ਫਰਤੂਨੀ ਡਰੀਵਾਤੀ ਦੇਲਾ ਮੂਵਮੈਂਟੋ ਮੂਵਮੈਂਟਾਸ਼ਨ ਦੇਲ ਕਾਰਿਕੋ ਇਨਫਰਟੂਨਟਲੀ ਉਹ ਇਹ ਇੱਕ ਮੂਵਮੈਂਟ ਮੂਵਮੈਂਟ ਦੇ ਦੌਰਾਨ ਕਾਰੀ ਕੋ ਸਮਾਨ ਮੂਵਮੈਂਟ ਸਮਾਨ ਮੂਵ ਕਰ ਰਹੇ ਹੋ ਤਾਂ ਉਸ ਟਾਈਮ ਕੋ ਸ਼ਾਰਟ ਪੇਟ ਲੱਗੀ ਹੈ ਤੇ ਕਹਿੰਦੇ ਨੋਨ ਰੀਐਂਟ੍ਰਾਂਡਰਾ ਪ੍ਰੋਫੈਸ਼ਨ ਰਿਸਕੀ ਪ੍ਰੋਫੈਸ਼ਨਰ ਕਦ ਦਜਾਂਦੇ ਕਹਿੰਦੇ ਇਹ ਰਿਸਕ ਨਹੀਂ ਹੁੰਦੇ ਹੈ ਪ੍ਰੋਫੈਸ਼ਨਲ ਡਰਾਈਵ ਕਰਨ ਲਈ ਡਰਾਈਵਰ ਦੇ ਲਈ ਗਲਤ ਇਨਫਾਲਸ ਹੋਇਆ ਜਦ ਸਮਾਨ ਦੇ ਮੂਵਮੈਂਟ ਇਹ ਉਹ ਜੋ ਵੀ ਕਰ ਰਹੇ ਹੋ ਜੇ ਇਹ ਜੇ ਉਸ ਟਾਈਮ ਕੋਈ ਘਟਨਾ ਘਟ ਗਈ ਹੈ ਵੀ ਉਦਾਂ ਵਾਰੀ ਚੰਗੀ ਹੋ ਗਈ ਹੈ ਸ਼ਾਰਟ ਵੇ ਲੱਗੀ ਹੈ ਤੇ ਉਹ ਜੇ ਸਮਾਨ ਮੂਵਮੈਂਟ ਲਈਏ ਕੈਨ ਨੋਨ ਰੀਐਂਤਰਾ ਰੈਡਿਸ ਕੀ ਪ੍ਰੋਫੈਸ਼ਨਲ ਦੇਖਣ ਚਾਹੁੰਦੇ ਨੇ ਕਿ ਨੀ ਇਹ ਰਿਸਕ ਹੋ ਸਕਦਾ ਪ੍ਰੋਫੈਸ਼ਨਲ ਡਰਾਈਵਰ ਲਈ ਕਿਉਂ ਨਹੀਂ ਹੋ ਸਕਦਾ ਗਲਤ ਇਨਫਾਲਸਾ ਜ਼ਰੂਰ ਹੋ ਸਕਦਾ ਹੈ ਜੇ ਸਮਾਨ ਮੂਵਮੈਂਟ ਕਰੇ ਲਾਲੇ ਚਾੜੋ ਸਾਰਾ ਅੱਗੇ ਕੀ ਹੈ ਸਟ੍ਰੈਸ ਫਿਜ਼ੀਕੋ ਪਸੀਕੋ ਫਿਜ਼ੀਕੋ ਦਿਮਾਗੀ ਤੌਰ ਤੇ ਜਿਹੜੀ ਸਟ੍ਰੈਸ ਹੁੰਦੀ ਹੈ ਠੀਕ ਹੈ ਪ੍ਰੈਸ਼ਰਾਈਜ਼ ਹੋਣਾ ਦਿਮਾਗੀ ਜ਼ਰੂਰ ਹੈ ਠੀਕ ਹੈ ਕੈਨੇ ਕੰਦ ਚਾਹੁੰਦੇ ਕੰਪੋਰ ਦਾ ਟੈਨਸ਼ਨ ਨੇ

ਇਹ ਕਨੇਪੇ ਰਿਸਕੀ ਦੇ ਇੰਸੀਡੈਂਟ ਸੇ ਕਨੇ ਰਿਸਕੀ ਅਕਸੀਡੈਂਟ ਤੋਂ ਨੇ ਉਹ ਮੈਂਟਾ ਨਾਲ ਕਾਜ਼ੋ ਮੈਜੋਰੇ ਸਟਾਂਕੇਜ਼ੇ ਦਲੇ ਕੰਡੂਚੀਂਤੇ ਉਹ ਮੈਂਟਾ ਵਾਜੇਗਾ ਨਾ ਲਾ ਕਾਜ਼ੋ ਇਨ ਕੇਸ ਮੈਜੋਰੇ ਸਟਾਂਕੇਜ਼ਾ ਜੇ ਜ਼ਿਆਦਾ ਟਕਾਵੜ ਵਗੈਰਾ ਹੋਵੇ ਤੇ ਦਰੁਸਕੇ ਮੇ ਪਰਾਇਜਿਤ ਟਕਾਵੜ ਵਧਾ ਹੋਵੇਗੀ ਤੇ ਜੈਰੀ ਗਲੇ ਰਿਸਕੀ ਦੇ ਇੰਸੀਡੈਂਟ ਦੇ ਜੈਰੀ ਗਲੇ ਵਧਣਾ ਫਿਰ ਹੋਇਆ ਲੋਸ ਸਟ੍ਰੈਸ ਦਲੇ ਕੰਡੂਚੀਂਤੇ ਸਟ੍ਰੈਸ ਜੇ ਡ੍ਰਾਈਵਰ ਦੀ ਉਹ ਮੈਂਟਾ ਕਿ ਰਿਸਕਿਓ ਦੀ ਇੰਸੀਡੈਂਟੇ ਸਟਰਾਡਾਲੇ ਕਨੇ ਉਹ ਮੈਂਟਾ ਵਧਾਂਦਾ ਹੈ ਇਹ incidenti stradali, road accident da risk gira un paper, è... Guidare una situazione di traffico intenso right di traffico intenso è, può essere fonte di stress che stress di vedamars quindi aumentare il rischio di incidenti stradali che ne e badanda stress jidanal vajanda risk रिस्क देर रोड एक्सीडेंट हो सकते हैं ठीक है दृष्ट कम पे प्यार है गए ने बे दुरमीर है प्य ओ तो अठ घंटे सौण कौन से कुत्ती वे मुसलसल सौन देना अट्ठ घंटे क्या कोजा दी स्तरस पर कदू चैंते क्या ड्रैवर स्तरैस की वजह वे टेंशन की वजह ठीक है ਇਕ ਵੀ ਦੀ ਵਮੈਂਟਾਰੀ ਰਿਸਕ ਡਿ ਇੰਜੀਨਰਿੰਗ ਵਦਾ ਵਦਾ ਹੈ ਗੈਨਸਕੀ ਐ ਐਕਸੀਡੈਂਟ ਦੀ ਰਿਸਕ ਜਿਹੜਾ ਹੈ ਇਹ ਐਕਸੀਡੈਂਟ ਦੇ ਰਿਸਕ ਦੇ ਅੰਦਰ ਵੀ ਵਦਾਏਗਾ ਗਲਤ ਇੰਫਾਲਸ ਤੋਂ ਐਕਸੀਡੈਂਟ ਦੇ ਰਿਸਕ ਘਟਾ ਬਦਾਂਦਾ ਨਹੀਂ ਹੈ ਵੀ ਜੇ ਪ੍ਰੋਪਰ ਸੋਵਗੇ ਤੇ ਘਟਾਏਗਾ ਠੀਕ ਹੈ ਸਰਕਫਾਲਸੋ ਲਗਵੀ ਦਾ ਇੰਗਨਿਸ਼ਣ ਟ੍ਰਾਫਿਕ ਐਚ ਐਸ ਆਈ ਉਹ ਜੇ ਡਰਾਈਵ ਕਰਦੇ ਇੱਕ ਟ੍ਰਾਫਿਕ ਐਚ ਐਸ ਆਈ ਉਹ ਹੈ ਜ਼ਿਆਦਾ ਟ੍ਰਾਫਿਕ ਹੈ ਪੋਏਸ ਰਕੋ ਦਾ ਵਜੇ ਬਣ ਸਕਦਾ ਹੈ ਇਸ ਤਰ੍ਹਾਂ ਸਟ੍ਰੈਸ ਦੀ ਵਜਨ ਨਾਲ ਫਿਜ਼ੀਕੋ ਫਿਜ਼ੀਕਲੀ ਹੋਣਾ ਫਿਜ਼ਿਕੋ ਫਿਜ਼ੀਕੋ ਫਿਜ਼ੀਓਫਿਜ਼ੀਓਗੋ ਜਿਹਨਾਂ ਕੇ ਦਿਮਾਗੀ ਤੌਰ ਤੇ ਸਟ੍ਰੈਸ ਨਾ ਪਰਿਕੰਦੂਚਨ ਤੇ ਪ੍ਰੋਫੈਸ਼ਨਲ ਹੈ ਪ੍ਰੋਫੈਸ਼ਨਲ ਜਿਹੜਾ ਡਰਾਈਵਰ ਆ ਉਹਦੇ ਲਈ ਕਨੇਪੇ ਵਜ੍ਹਾ ਬਣ ਸਕਦਾ ਹੈ ਸਟ੍ਰੈਸ ਦੀ ਦੁਰੋਸਿਕੰਬੇ ਹੋ ਰਿਹਾ ਚੀ ਆਪੀ ਜੀ ਬੇਦੇ ਕਨੇਪੇ ਜ਼ੋਲ ਜੇ ਰਾਤੀ ਵੀ ਤਾ ਅਲਵਰਦੀਵਾ ਐਕਟਿਵ ਅਤੀਵਦਲ ਵਰਦੀਵਾ ਕਰਨੀਆਂ ਕੰਮ ਕਰਾ ਕਰਨ ਦੌਰਾਨ ਤੇ ਪ੍ਰੀਯੋਦ ਦੀ ਰਿਪੋਜ਼ੋ ਰਿਪੋਜ਼ੋ ਦੌਰਾਨ ਯਾਨੀ ਕਿ ਤੁਹਾਨੂੰ ਰਿਪੋਜ਼ੋ ਦਿੱਤਾ ਗਿਆ ਵੀ ਰੈਸਟ ਕਰਨੀ ਠੀਕ ਹੈ ਡਰਾਈਵ ਕਰਨ ਦੌਰਾਨ 45 ਮਿੰਟ ਦਾ ਘੰਟਾ ਭਰਾ ਮਿੰਟ ਜੋ ਵੀ ਹੁੰਦਾ ਕਨੇ ਅਬਲੀਕਟਰੀ ਬੋਇਸ ਰੇਕੋਜ਼ ਦੀ ਸਟ੍ਰੈਸ ਫਿਜ਼ੀਕ ਫਿਜ਼ੀਕੋ ਫਿਜ਼ੀਕੋ ਕਿਹਨੇ ਦਿਮਾਗੀ ਤੌਰ ਤੇ ਸਟ੍ਰੈਸ ਦੀ ਵਜ੍ਹਾ ਮੰਨਦੀ ਹੈ ਇਹ ਪਹਿਲੇ ਕੰਡੂਚੀਆਂ ਤੇ ਪ੍ਰੋਫੈਸ਼ਨਲ ਹੈ ਜਾਂ ਡਰਾਈਵਰ ਪ੍ਰੋਫੈਸ਼ਨਲੀ ਕੰਮ ਕਰਦੇ ਹਨ ਕਿਹਨੇ ਉਹਦੇ ਲਈ ਸਟ੍ਰੈਸ ਦੀ ਵਜ੍ਹਾ ਮੰਨਦੀ ਕਿ ਦੂਸੇ ਸੰਭੇਰ ਹੈ ਲੇਵਰੀਆਸਿਓਨੇ ਕੰਟੀਨੂਆ ਲੇਵਰੀਆਸਿਓਨੇ ਉਤਾਰ ਚੜਾਅ ਜਦ ਕੰਟੀਨੂਲੀ ਹੁੰਦੀ ਹੈ ਦੀ ਹੋਰੀ ਟਾਈਮ ਦੀ ਦੇ ਪਾਸਤੀ ਕਹਿੰਦੇ ਜਦ ਉਤਾਰ ਚੜਾਅ ਹੋਵੇਗੀ ਖਾਣੇ ਪੀਣ ਦੇ ਟਾਈਮ ਦੀ ਠੀਕ ਹੈ ਦੈਲ ਸੋਨੋ ਸੋਨਾ ਦੀ ਠੀਕ ਹੈ ਕਾਂ ਪੇਨ ਦੀ ਸੋਮਣ ਦੀ ਜੇ ਟਾਈਮਿੰਗ ਪ੍ਰੋਪਰ ਨਾ ਹੋਵੇਗੀ ਕਿਨ ਪੋਏਸ ਰਿਕੋਜ਼ ਆ ਦੀ ਸਟ੍ਰੈਸ ਫਿਜ਼ੀਕੋ ਫਿਜ਼ੀਕੋ ਪਰ ਇਲ ਕੰਦੂਚੈਂਤੇ ਪਰਫੈਸ਼ਨਲ ਹੈ ਕਿਨ ਦਿਮਾਗੀ ਤੌਰ ਦਾ ਸਟ੍ਰੈਸ ਬਣ ਸਕਦੀ ਹੈ ਟੈਂਸ਼ਨ ਦੀ وجہ ਬਣਦੀ ਹੈ ਜਿਹੜਾ ਪ੍ਰੋਫੈਸ਼ਨਲ ਕੰਮ ਕਰਨ ਵਾਲਾ ਡਰਾਈਵਰ ਹੈ ਦੂਸਿਆਂ पे ਵੀ ਰਹਾ ਹੈ ਅਗਰ ਬੇ ਲਾ ਅਚੇਸੀ ਵਾ ਰੂਮੋਰੇ ਜ਼ਿਆਦਾ ਸ਼ੋਰ ਹੋਣਾ ਦਿਲ ਅੰਬੀਆ ਤੇ ਮਾਹੌਲ ਦੇ ਵਿੱਚ ਪੋਏਸ ਰੇ ਕੋਜ਼ਾ ਦੀ ਸਟ੍ਰੈਸ ਕਿਨ ਵਜ੍ਹਾ ਬਣਦੀ ਹੈ ਇਸ ਸਟ੍ਰੈਸ ਦੀ ਫਿਜ਼ੀਕੋ ਫਿਜ਼ੀਕੋ ਪਰ ਇਲ ਕੰਡੂਜੀਅੰਤੇ ਦੀ ਪ੍ਰੋਫੈਸ਼ਨਲ ਕਹਿੰਦੇ ਪੇ ਇਮੋਰੇਜ ਸੂ ਸ਼ਰਾਬਾ ਜ਼ਦਾ ਹੋਵੇ ਤਾਂ ਜ਼ਰੀ ਗਲੇ ਉਹ ਵਜ੍ਹਾ ਬਣ ਸਕਦਾ ਹੈ ਸਾਨੂੰ ਵੀ ਸਾਨੂੰ ਵੀ ਸਮਝ ਆਉਂਦੀ ਹੈ ਕਿ ਇਹ ਸਟ੍ਰੈਸ ਦੀ ਵਜ੍ਹਾ ਬਣ ਸਕਦਾ ਹੈ ਦਿਮਾਗੀ ਤੌਰ ਤੇ ਡਰਾਈਵਰ ਦੇਦਰ ਉਸ ਕੈਂਪ ਹੋਇਆ ਐਗੈਨੇ ਵੀ ਯੂਜ਼ਰ ਦਾ ਆਰ ਜਾਂ ਕੰਡੀਸ਼ਨਰ 에어 ਕੰਡੀਸ਼ਨਰ ਇਸਤੇਮਾਲ ਕਰਨ ਦੌਰਾਨ ਤੇ ਗੀ ਡਰਾਈਵ ਦੇ ਦੌਰਾਨ ਪੋਏਸਰੇ ਕੋਜ਼ ਆ ਦੀ ਸਟ੍ਰੈਸ ਫਿਜ਼ੀਕੋ ਫਿਜ਼ੀਕੋ ਕਹਿੰਦੇ ਦਿਮਾਗੀ ਤੋਟ ਸਟ੍ਰੈਸ ਦੀ وجہ ਮਾਰਦੀ ਹੈ ਪਰ ਇੱਕ ਕੰਡਿਸ਼ਨ ਤੇ professionel ਡਰਾਈਵ ਜਿਹੜਾ professionel ਹੀ ਹੈ ਦੇਖੋ ਜੇ ਅੰਦਰ ਦਾ ਟੈਂਪਰੇਚਰ ਪ੍ਰੋਪਰ ਰੱਖਣਾ ਹੁੰਦਾ ਜੀ ਨਾ ਤੇ ਇਸ ਕਰਕੇ ਉਹਦੇ ਲਈ AC ਦੀ ਲੋਡ ਬਣਦੀ ਹੈ ਸੀ ਵੀ ਲਾਈਦਾ ਇਹਦਾ ਇਹਦਾ ਮਤਲਬ ਹੈ ਉਹਦੇ ਲਈ ਸਟ੍ਰੈਸ ਦੀ وجہ ਬਣੇਗੀ ਗਲਤ ਕਿ ਨਾ ਫਾਲਸ ਹੋਇਆ ਇਹ ਕਨੇ ਬੇ ਲਾ ਫ੍ਰੀਕੁਐਂਸ ਆ ਦੀ ਕੋਰਸੀ ਦੀ ਜੌਰਨਮੈਂਟੋ ਜਿਹੜੇ ਕੋਰਸੋ ਅਜੋਰਨਾਮੈਂਟੋ ਲਈ ਹੁੰਦੇ ਨੇ ਨਾ ਕੋਰਸੋ ਕੋਰਸਿਸ ਵਗੈਰਾ ਜਿਵੇਂ ਕਿ ਜੁਕੀ ਜੁਕੀ ਵੀ ਖਤਮ ਹੋਣੇ ਤੱਕ ਅੱਜ 35 ਘੰਟੇ ਦਾ ਕੋਰਸ ਨਾ ਜੋਰਨਾਮੈਂਟੋ ਦਾ ਕਹਿੰਦੇ ਆਰਗਾਨੀ ਜ਼ਾਤੀ ਦਲਾ ਅਜੈਂਡੇ ਜਿਹੜਾ ਉਰਨਾਈ ਕੀਤੀ ਜਾਂਦੇ ਕੰਪਨੀ ਤਰਫੋਂ ਪੋਇਸਰੇ ਕੋਜ਼ਾ ਦੀ ਸਟ੍ਰੈਸ ਫਿਜ਼ੀਕੋ ਫਿਜ਼ੀਕੋ ਕਹਿੰਦੇ ਦਿਮਾਗੀ ਤੌਰ ਤੇ ਸਟ੍ਰੈਸ ਦੀ ਵਜ੍ਹਾ ਬਣ ਸਕਦੀ ਹੈ ਪਰ ਇਹ ਕੰਦੂਚੀਆ ਤੇ ਪਰਫੈਸ਼ਨਾਲੇ ਕਹਿੰਦੇ ਡਰਾਈਵਰ ਜਿਹੜਾ उद्दे इस तरस की वजह बन सकता है जो ड्राइवर है प्रोफेसन आए प्रोफेसन आए तो स्पैलिंग ठीक नहीं है भी ठीक है इस ठीक करने बनना हलोरा कै छः नंबर सी ਠੀਕ ਹੈ ਜਿਹੜੇ ਕੋਰਸਿਸ ਵਗੈਰਾ ਕੰਪਨੀ ਤਰਫ ਕਰਦੇ ਹਨ ਕੋਰਸ ਵਗੈਰਾ ਕਰਦੇ ਹੋ ਕੋਰਸ ਦੇਖੋ ਜੀ ਤੁਹਾਡੀ ਸਕਿੱਲ ਨੂੰ ਬਿਹਤਰ ਕਰਨ ਲਈ ਹੁੰਦੇ ਨੇ ਠੀਕ ਹੈ ਨਵੀਂ ਕੋ ਅਪਡੇਟ ਹੋਗਾ ਉਹ ਦੱਸਦੇ ਆ ਤੁਹਾਨੂੰ ਠੀਕ ਹੈ ਤੁਹਾਡੀ ਸਿਕਿਉਰਟੀ ਲਈ ਸੇਫਟੀ ਲਈ ਵਧੀ ਹੁੰਦੇ ਨੇ ਉਹਦੇ ਨਾਲ ਸਟ੍ਰੈਸ ਨਹੀਂ ਵੱਧਦੀ ਹੈ ਫਾਲਸੋ ਕਹਿੰਨੇ ਬਿਆਫੀ ਟੁਆਸੀਓ ਨੇ ਪਾਉza ਪਾਉza ਕਰਨ ਦਾ ਦੌਰਾਨ ਤੇ ਲੱਗ ਵੀਦਾ ਡਰਾਈਵ ਦੇ ਅੰਦਰ ਹਨ ਪਾਉza ਨਾਲ ਰੈਸਟ ਕਰਨੀ ਡਰਾਈਵ ਦੇ ਅੰਦਰ 45 ਮਿੰਟ ਅੱਧਾ ਘੰਟਾ 15 ਮਿੰਟ ਜੀ ਬੰਦੀ ਹੈ ਡਰਾਈਵ ਇੱਕ ਵੀਦਾ ਨੋਤੂ ਨਾ ਰਾਦੇ ਤਾਂ ਤੇ ਪਾ ਹੋ ਸਕਰੇ ਕੌਜ਼ਾ ਦੀ ਸਟ੍ਰੈਸ ਫਿਜ਼ੀਕੋ ਫਿਜ਼ੀਕੋ ਦਿਮਾਗੀ ਤੋਰ ਦਾ ਸਟ੍ਰੈਸ ਦੀ ਵਜ੍ਹਾ ਬਣ ਸਕਦੀ ਹੈ ਪਰਲ ਕੰਦੂਚੀਅਨ ਤੇ ਪ੍ਰੋਫੈਸ਼ਨਲ ਹੈ ਪ੍ਰੋਫੈਸ਼ਨਲ ਜਿਹੜਾ ਡਰਾਈਵਰ ਹੈ ਉਹਦੇ ਲਈ ਵਜ੍ਹਾ ਬਣ ਸਕਦੀ ਹੈ ਸਟ੍ਰੈਸ ਦੀ ਗੱਲ ਕਿ ਨਫਾਲਸੋ ਉਹਦੇ ਲਈ ਫਾਲਸ ਸਟ੍ਰੈਸ ਦੀ ਵਜ੍ਹਾ ਨਹੀਂ ਬਣਦੀ ਹੈ ਵੀ ਠੀਕ ਹੈ ਇਸ ਕਰਕੇ ਫਾਲਸ ਤੇ ਹੁਣ ਜੀ ਗੱਲ ਕਰ ਰਹੇ ਨੇ ਵਿਬ੍ਰੇਸ਼ਿਓ ਨੇ ਵਾਈਬ੍ਰੇਸ਼ਨ ਦੇ ਬਿਨਾਂ ਇੰਟਰਫੇਰੈਂਜ਼ਾ ਅੰਬੀਐਂਟੇ ਜਿਹੜਾ ਮਾਹੌਲ ਉਹ ਵਜ੍ਹਾ ਨਹੀਂ ਕਿ ਜਿਹੜਾ ਬਣਿਆ ਹੋਇਆ ਜਿਵੇਂ ਕਿ ਇੰਟਰਫੇਰੈਂਸ ਜੇ ਮਾਹੌਲ ਦੀ ਵਜ੍ਹਾ ਨਾਲ ਜਿਹੜਾ ਫਰਕ ਪੈਂਦਾ ਠੀ ਇਵੇਂ ਕੋਈ ਸ਼ੋਰ ਵਗੈਰਾ ਇਹ ਉਹ ਦੀਆਂ ਚੀਜ਼ਾਂ ਤੇ ਵਾਈਬ੍ਰੇਸ਼ਨ ਜਿਹੜੀ ਖਾਸ ਕਰਕੇ ਠੀਕ ਹੈ ਇਹ ਲੀ ਇਨਕੋਨਿਊਨਿਨੈਂਟ ਹੈ ਫਿਜ਼ੀ ਜਿਹੜੀ ਫਿਜ਼ੀਕਲ ਤਕਲੀਫ ਹੁੰਦੀ ਹੈ ਦੂਤ ਤਵਾਲਾ ਜਿਹਦੀ ਜਿਹਦੀ ਵਜ੍ਹਾ ਬਣਦੀ ਹੈ ਸੋ ਇਸ ਕੋਜ਼ੇ ਇਸਪਾਲਜ਼ੋ ਜਿਹਦੀ ਕ وجہ ਬਣਦੀ ਹੈ ਲਰਜ਼ਨਾ ਔਰ ਝਟਕੇ ਲੱਗਣਾ ਦਿਲਬੀ ਕੋਲੀ ਗੱਡੀ ਦੇ ਗੱਡੀ ਤੇ ਝਟਕੇ ਵੇਰ ਲੱਗਦੇ ਨੇ ਉਹਦੇ ਨਾਲ ਠੀਕ ਹੈ ਵਾਈਬ੍ਰੇਸ਼ਨ ਵਗੈਰਾ ਆਉਂਦੀ ਹੈ ਨਾ ਉਹ ਮੈਂ ਤਾਂ ਇਹ ਕੰਦੂ ਚਾਹਤੇ ਇਨ ਇੰਟੋ ਸੋਪਰ ਪੈਸੋ ਇਹ ਵਧਾਂਦਾ ਹੈ ਜੇ ਡਰਾਈਵਰ ਦਾ ਸੋਪਰ ਪੈਸੋ ਯਾਨੀ ਕਿ ਉਹਦੇ ਦਿਮਾਗ ਤੇ ਯਾਨੀ ਕਿ ਉਹਦੇ ਉਹ ਉਹਨਾਂ ਥਕਾਵਟ ਜਿਹੜੀ ਉਹਦੀ ਵਧਾਂਦਾ ਹੈ ਦਰਸ਼ਕਾਂ ਪਿਆਰ ਹੋਇਆ ਇਹਨਾਂ ਭਾਰ ਵਧਾਂਦਾ ਹੈ ਨਾ ਓਵਰ ਓਵਰਲੋਡ ਕਰ ਲੈਂਦਾ ਮੰਨ ਲਓ ਕਹਿੰਦੇ ਵੀ ਇਹ ਲਾ ਵਿਬ੍ਰੇਸ਼ਨੇ ਟਰਸਮੇਸੇ ਦੇ ਵਿਕੋਲੀ ਜਿਹੜੀ ਵਿਬ੍ਰੇਸ਼ਨ ਆਉਂਦੀ ਹੈ ਗੱਡੀ ਦੇ ਵਿੱਚੋਂ ਉਹ ਮੈਂ ਤਾਂ ਨੂੰ ਇਲ ਰਿਸਕਿਓ ਕਹਿੰਦੇ ਵਧਾਂਦੇ ਨੇ ਜਿਹੜੇ ਰਿਸਕ ਹੈਗੇ ਨੇ ਪੈਰ ਲਾ ਸਲੂਤੇ ਦਲ ਕੰਦੂ ਚੰਤੇ ਜਿਹੜੀ ਡਰਾਈਵਰ ਦੀ ਸਿਹਤ ਨੂੰ ਹੁੰਦੇ ਨਾ ਪ੍ਰੋਫੈਸ਼ਨਲ ਜਿਹੜਾ ਸਲੂਤੇ ਸਿਹਤ ਜਿਹੜੀ ਹੁੰਦੀ ਹੈ ਨਾ ਕੰਡੀਸ਼ਨ ਦੇ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਡਰਾਈਵਰ ਦੀ ਉਹਨਾਂ ਦੀ ਸਿਹਤ ਨੂੰ ਜਿਹੜੇ ਰਿਸਕ ਵਧਾਉਂਦੇ ਨੇ ਦੂਸਰ ਕੰਪੀਅਰ ਵਾਇਬ੍ਰੇਸ਼ਨ ਦੇ ਨੁਕਸਾਨਾਂ ਤੇ ਹੈ ਨਾ ਕਹਿੰਦੇ ਬੇ ਸਪਾਲਜੀ ਤੇਰਮੀ ਜੀ ਕੋਰੈਂਟੀ ਆਰੀਆ ਓਮੈਂਟਾਨੋ ਰਿਸਕੀ ਪਰ ਸਲੂਤੇ ਕਹਿੰਦੇ ਸਵਾਲ ਜਿਹੜੀ ਹੁੰਦੀ ਹੈ ਜਿਹੜੇ ਵਾਰ ਜਿਹੜੇ ਲੱਗਦੇ ਨੇ 13ਵੀਂ ਚ ਆ ਕੋਰੈਂਟੀ ਆਰੀਆ ਹਵਾਵਰ ਦੇ ਵਜਾ ਨਾਲ ਜਿਵੇਂ ਕਿ ਉਹ ਮੈਂ ਤਾਨੂੰ ਰਿਸਕ ਹੀ ਵਧਾ ਦਿੰਨੇ ਰਿਸਕ ਪਰ ਸਲੂਟ ਦਲਕੰਦੂ ਚੰਤੇ ਪ੍ਰੋਫੈਸ਼ਨਲ ਜਿਹੜਾ ਪ੍ਰੋਫੈਸ਼ਨਲ ਡਰਾਈਵਰ ਉਹਦੀ ਸਿਹਤ ਲਈ ਵਧਣਗੇ ਖਤਰات ਰਿਸਕ ਵਧਣਗੇ ਦਰਸਾ ਕੇ ਪੇ ਰਹਾ ਆ ਗੈਨ ਬੀ ਐ ਐਕਸਪੋਜ਼ੀਸ਼ਨੇ ਪੋਰਵਰੀ ਸੋਸਟੈਂਦਾ ਨੋਚੀਵੇ ਕਹਨੇ ਪੇ ਜਦ ਪਾਲਵਰੀ ਪਾਲਵਰੀ ਜਿਹੜੇ ਹੁੰਦੇ ਨੇ ਧੂੜ ਕੱਟਾ ਵਗੈਰਾ ਸੁਸਤੰਦਨ ਚੀਵੇ ਖਤਰਨਾਕ ਮੋਬਾਇਲ ਵਗੈਰਾ ਜੀ ਹੁੰਦੇ ਨੇ ਉਹ ਮੈਂਟਾਉਨ ਰਿਸਕ ਯੋ ਕਹਿੰਦੇ ਬਤਾਨਦੇ ਨੇ ਰਿਸਕ ਪਰ ਲ ਸਲੂਤੇ ਦਲ ਕੰਦੂਜਾਂ ਦੇ ਡਰਾਈਵਰ ਦੀ ਸਿਹਤ ਦੇ ਲਈ ਕਹਿੰਦੇ ਬੇ ਰਿਸਕ ਬਤਾਨਦੇ ਨੇ ਦਿਸਕੇੰਪੇਅਰ ਹੋਇਆ ਇਹ ਕਹਿੰਦੇ ਇਲ ਪਰਮਨੈਂਟ ਨਾਲ ਸੇਸਾ ਪੋਸਚੂਰਾ ਪਰਮਨੈਂਟਲੀ ਇੱਕ ਜਗ੍ਹਾ ਤੇ ਬਹਿਣਾ ਪਰ ਉਹਨਾਂ ਟੈਂਪੋ ਵਰ ਲੂੰਗਾ ਤਾਂ ਕਿ ਲੰਬੇ ਟਾਈਮ ਦੇ ਲਈ ਦੌਰਾਨ ਤੇ ਲਗਵੀ ਦਾ ਡਰਾਈਵ ਕਰਨ ਦੇ ਦੌਰਾਨ ਉਮੈਂਤਾ ਇ ਰਿਸਕਿਓ ਪਰ ਲਾ ਸਾਲੂਤੇ ਦਲ ਕੰਦੂਚੈਂਤੇ ਪ੍ਰੋਫੈਸ਼ਨਾਲੇ ਕਨ ਲੰਬੇ ਟਾਈਮ ਲਈ ਇੱਕ ਜਗਾ ਤੇ ਬੈਣਾ ਉਮੈਂਤਾ ਵਧਾਂਦੇ ਨੇ ਰਿਸਕ ਜਿਹੜਾ ਵੈ ਜਿਹੜੇ ਪ੍ਰੋਫੈਸ਼ਨਲ ਡਰਾਈਵਰ ਉਹਨਾਂ ਦੇ ਲਈ ਇਦੁਰ ਸਕੈਂ ਬੇਵਰਯਾ ਉਤਿਲੀਜ਼ ਦੇ ਲਈ ਕਿਆਲੀ ਐਨਕਦਾ ਇਸਤੇਮਾਲ ਕਰਨਾ ਦਸੋਲੇ ਸੂਰਜ ਦੇ ਐਨਕਦਾ ਦ ਪਰਤ ਲਗਤ ਕੰਦੂਚੈਂਤੇ ਡਰਾਈਵਰ ਦੀ ਤਰਫੋਂ ਐਸ ਕੌਂਸਿਲੀਆ ਬੀਲੇਸ ਸਲਾਦ ਨੰਨਵੇ ਤੁਸੀਂ ਨਾ ਕਰੋ ਫਿਰ ਕੀ ਅਫਾਟੀਕਾ ਲਾ ਵਿਸਤਾ ਕਿ ਹੁੰਦੇ ਤਕਲੀਫ ਦੇ ਹੋਗੇ ਡਰਾਈਵਰ ਡਰਾਈਵਿੰਗ ਦੇਖੋ ਜੀ 20 ਤਾਂ ਸੋਰੀ ਦੇਖਣਾ ਦੇਖਣਾ ਮੁਸ਼ਕਲ ਹੋ ਜਾਏਗਾ ਤਕਲੀਫ ਦੇ ਹੋ ਜਾਏਗਾ ਗਲਤ ਇਨਫਾਲਸ ਹੋਇਆ ਓਕਿਆਲੀ ਦਾ 20 ਜਿਹੜੀ ਹੈ ਨਾ ਜਿਹੜੀ ਸੋਲੇ ਹੈ ਸੂਰਜ ਤੋਂ ਬਚਾਣ ਲਈ ਹੁੰਦੀ ਹੈ ਉਹ ਤੇ ਤੁਹਾਨੂੰ ਸਪੋਰਟ ਕਰੇਗੀ ਹੈਲਪ ਦੇਗੀ ਸੂਰਜ ਦੀ ਸਖਤ ਸ਼ਵਾਹਾਂ ਤੋਂ ਬਚਾਏਗੀ ਨੁਕਸਾਨ ਤੋਂ ਢੀ ਦੇਗੀ ਫਾਲਸ ਹੋਇਆ ਕਿਨੇ ਅਫਾਤੀ ਕਾਮੈਂਟ ਵਿਜੀਵੋ ਜਿਹੜੀ ਤਕਲੀਫ ਦੇ ਅਫਾਤੀ ਕਾਮੈਂਟ ਉਹ ਤੇ ਵਿਜੀਵੋ ਜਿਹੜੀ ਤਕਲੀਫ ਦੇ ਵਿਜਿਓਰਾਂ ਦਾ ਵਿਜਨ ਆਉਂਦਾ ਦਿਖਣ ਦਿਖਦਾ ਹੈ ਨਜ਼ਰ ਆਉਂਦਾ ਇਨ ਪਰਟੀਕੂਲਰ ਇਨਕਾਜ਼ੋ ਜ਼ਿਆਦਾ ਵੱਧ ਨਹੀਂ ਕੇਸ ਹੈ ਇਨ ਕੇਸ ਦਿਗਵੀ ਦਾ ਨਤੂਰਨਾ ਜੇ ਡਰਾਈਵ ਕਰਦੇ ਰਾਤ ਨੂੰ ਜੇ ਤੁਸੀਂ ਯਾਨੀ ਕਿ ਜ਼ਿਆਦਾ ਤਕਲੀਫ ਦੇ ਯਾਨੀ ਕਿ ਮੁਸ਼ਕਲ ਨਾਲ ਨਹੀਂ ਦੇਖਣਾ ਕਹਿ ਸਕਦੇ ਆ ਫਿੱਤੀ ਕਾ ਮੈਂ ਤੋਂ ਵੀ ਜ਼ਿਆਦਾ ਮੁਸ਼ਕਲ ਨਾਲ ਦੇਖਣਾ ਵੱਧ ਜਾਏਗਾ ਪਰਟੀਕੂਲਰ ਮੈਂ ਇਨਕਾਜ਼ੋ ਖਾਸ ਕਰਕੇ ਕੇਸ ਦਿਗਵੀ ਦਾ ਨਤੂਰਨਾ ਰਾਤ ਦੇ ਟਾਈਮ ਤੁਸੀਂ ਡਰਾਈਵ ਕਰਦੇ ਹੋ ਉਮੈਨ ਦਾ ਰਿਸਕ ਯੋ ਪਰ ਸਲੂਤੇ ਔਰ ਵਦੇ ਦਾ ਰਿਸਕ ਜਿਹੜਾ ਹੈ ਸਿਹਤ ਦੇ ਲਈ ਦਲ ਕੰਦੂ ਚੰਦ ਪ੍ਰੋਫੈਸ਼ਨਲ ਜਿਹੜੇ ਪ੍ਰੋਫੈਸ਼ਨਲ ਡਰਾਈਵਰ ਹਨ ਉਹਦੇ ਲਈ ਸਿਹਤ ਲਈ ਰਿਸਕ ਵੀ ਵਧੇਗਾ ਰਿਸਕ ਵੀ ਵੇਵੇ ਰਿਹਾ ਕਿਉਂਕਿ ਰਾਤ ਦੇ ਟਾਈਮ ਤੇ ਵਿਜ਼ਨ ਹੈ ਜਿਹੜਾ ਉਤਨਾ ਵਧੀਆ ਨਹੀਂ ਹੁੰਦਾ ਇਹ ਵੀ ਨਾ ਠੀਕ ਹੈ ਇਸ ਕਰਕੇ ਵੇਰੋ ਹਾਂਜੀ ਤਾਂ ਹੁਣ ਅਸੀਂ ਗੱਲ ਕਰੀਏ ਡੈਫੀਨੇਸ਼ਨ ਦੀ ਐਰਗੋਨੋਮੀਆ ਡੈਫੀਨੇਸ਼ਨ ਐਰਗੋਨੋਮੀ ਦੀ ਗੱਲ ਕਰੀਏ ਤੇ ਇਹਦੇ ਵਿੱਚ ਆਉਂਦੇ ਨੇ ਕਿ ਸਿਕਿਉਰਿਟੀ ਦਾ ਸਕੀ ਅਫਾਸ ਦੇ ਵਿੱਚ ਅਦੁਤਾਬਿਲਿਤਾ ਆਪਣਾ ਕਿ ਯਾਨੀ ਕਿ ਇੱਕ ਜਿਹਾ ਕਰਕੇ ਉਜ਼ਾਬਿਲਿਤਾ ਯਾਨੀ ਕਿ ਮੋਸਰ اور ਕੰਫਰਟ ਆਰਾਮ ਦੇ ਗਰਾਦੇ ਵੋਲੇਸਾ ਯਾਨੀ ਕਿ ਹੁਸ਼ਨਾ ਮਾਹੁਸ਼ਕੋਸ਼ਕਵਾਰ ਹੋਣਾ ਔਰ ਕੰਪਨਸਬਿਲਿਤਾ ਔਰ ਜਿਹੜੀ ਡਰਾਈਵ ਹੈ ਤੁਹਾਡੀ ਉਹ ਸਮੇਂਦਾਰੀ ਔਰ ਅਕਲਮੰਦੀ ਦਾ ਜ਼ਾਹਰਾ ਕਰਕੇ ਕਰਨੀ ਠੀਕ ਹੈ ਜੀ ਜਿਹਦੇ ਵਿੱਚ ਕੁਐਸਚਨ ਹੈਗਾ ਕਹਿੰਦੇ ਨੇ ਬੇ ਲਾਇਰਗੋਨਾਮੀਆ ਮੀਰਾ ਐਰਗੋਨਾਮੀਆ ਜਿਹੜਾ ਹੈ ਉਹ ਮੀਰਾ ਅਲ ਅਦ ਉਤਮਿਜ਼ਾਰੇ ਕੰਜ਼ੂਮ ਦੇ ਕਾਰਬਨ ਕਹਿੰਦੇ ਕੰਜ਼ੂਮ ਦੇ ਕਾਰਬਨ ਨੂੰ ਉਤਮਿਜ਼ਾਰੇ ਕਰੇਗਾ ਦੇਖੋ ਜੀ ਕੰਜ਼ੂਮ ਦੇ ਕਾਰਬਨ ਦੇ ਨਾਲ ਇਹ ਡਰਾਈਵਰ ਦੇ ਲਈ ਹੁੰਦਾ ਹੈ ਵੀ ਡਰਾਈਵਰ ਜਿਹੜਾ ਉਹ ਸੌਖਾ ਰਵੇ ਆਸਾਨੀ ਪੈਦਾ ਹੋਵੇ ਉਹਦੇ ਲਈ ਇਹਦੇ ਵਿੱਚ ਕੰਜ਼ੂਮ ਦੇ ਕਾਰਬਨ ਦਾ ਕੋਈ ਤਲਕ ਨਹੀਂ ਹੈ ਵੀ ਠੀਕ ਹੈ ਸਿਕਿਉਰਟੀ ਹੋਵੇ ਹਫਾਜ਼ਤ ਹੋਵੇ ਆਸਾਨੀ ਪੈਦਾ ਹੋਵੇ ਠੀਕ ਹੈ ਖੁਸ਼ਗਵਾਰ ਮੂਡ ਦੇ ਵਿੱਚ ਇਹ ਚੀਜ਼ਾਂ ਇਹ ਡਰਾਈਵਰ ਦੇ ਲਈ ਨਹੀਂ ਇਸ ਕਰਕੇ ਇੱਕ ਕੁਐਸਚਨ ਹੈ ਇਹ ਫਾਲਸ ਹੋ ਦੂਸਰਾ ਕੁਐਸਚਨ ਹੈ ਕਿਨੇਵੇਂ ਐਰਗੋਨੋਮੀਆ ਸਟੂਡੀਆ ਇਲ ਬਿਲਾਂਚੋ ਡੈ ਲਾ ਅਜ਼ੈਂਦਾ ਦੇ ਟ੍ਰਾਂਸਪੋਰਟੋ ਕਿਨੇ ਸਟੂਡੀਆ ਪੜਿਆ ਜਾਏਗਾ ਬਿਲਾਂਚ ਦੇ ਅਜ਼ੈਂਦਾ ਟ੍ਰਾਂਸਪੋਰਟੋ ਜਿਹੜੀ ਅਜ਼ੈਂਦਾ ਟ੍ਰਾਂਸਪੋਰਟ ਕਰਨੀ ਲਈ ਉਹਦੇ ਵਿੱਚ ਸਟੱਡੀ ਕਰਨਾ ਪੈਣਾ ਹੈ ਗਲਤ ਕਿ ਇਹ ਫਾਲਸ ਹੈ ਸਟੱਡੀ ਨਹੀਂ ਕਰਨਾ ਪੈਣਾ ਇਹ ਤੁਸੀਂ ਹੋਂ ਹੀ ਸਟੱਡੀ ਕਰਦੇ ਹੋ ਇਹ ਚੀਜ਼ਾਂ ਇਹ ਬਾਅਦ ਵਿੱਚ ਸਟੱਡੀ ਕਰਨ ਵਾਲੀਆਂ ਨਹੀਂ ਹੈ ਵੀ ਠੀਕ ਹੈ ਇਸ ਕਰਕੇ ਇਹ ਕੁਐਸਚਨ ਵੀ ਫਾਲਸ ਹੋ ਜੀ ਅੱਗੇ ਕਹਿੰਦੇ ਨੇ ਬੇ ਐਰਗੋਨੋਮੀਆ ਗਰੰਟੀ ਐਰਗੋਨੋਮੀ ਜਿਹੜਾ ਗਰੰਟੀਡ ਬਣਾਉਂਦਾ ਹੈ ਸਿਕਿਉਰਿਟੀ 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 ਸਭ ਤੋਂ ਪਹਿਲੇ ਸਿਕਿਉਰਿਟੀ ਲਈ ਇੱਕ ਕੰਫਰਟ ਦਾ ਕੀ ਸੇਜ ਇਸੇ ਗਏ ਉਹਨਾਂ ਲਾਵੋਰੋ ਜਿਹੜਾ ਕਿ ਕੰਮ ਕਰਨ ਵਾਲਾ ਨਾ ਉਹਦੇ ਲਈ ਕੰਫਰਟ ਔਰ ਸਿਕਯੋਰ ਬਣਾਉਂਦਾ ਹੈ ਦਰਸ ਕਿੰਪ ਅਵੇਰ ਹੈ L'ergonomia ergonomia mira progettazione di strumenti e dispositivi, L'ergonomia è una proget progettazione di design che è precisa cosa o dispositivo che consentono ai lavoratori, di lavoratore, lavoratore, aden, aden, vero, mantenere una corretta postura, di riconoscere una postura corretta durante l'attività professionale. ਨਿਕਰੋ ਤੇ ਪਸਤੂਰਾ ਤੋਂ ਮਰਾਦ ਯਾਨੀ ਕਿ ਜਿਹਦੇ ਵਿੱਚ ਉਹ ਕੰਫਰਟ ਕੰਫਰਟ ਹੋਵੇ ਠੀਕ ਹੈ ਆਸਾਨੀ ਪੈਦਾ ਹੋਣ ਡਰਾਈਵਰ ਦੇ ਲਈ ਅਤੀ ਵੀ ਤੇ ਪ੍ਰੋਫੈਸ਼ਨਲ ਹੈ ਦਰਾਂ ਤੇ ਉਸ ਤੇ ਦੌਰਾਨ ਜਦ ਐਕਟੀਵਿਟੀਜ਼ ਪ੍ਰੋਫੈਸ਼ਨਲੀ ਕਰ ਰਿਹਾ ਉਹ ਦਰਸ ਕੈਨ ਬੀ ਵੇਰ ਹੋਇਆ ਅਗਨ ਬੇ ਇਲ ਪੋਸਟੋ ਦੀ ਗੁਇਦਾ ਐਰਗੋਨੋਮੀਆ ਨਿਕੋ ਪੋਸਟੋ ਦੀ ਗੁਇਦਾ ਜਿਹੜੀ ਐਰਗੋਨੋਮਿਕ ਹੋਇਆ ਨਾ ਐਰਗੋਨੋਮੀ ਤੋਂ ਮਰਾਦ ਯਾਨੀ ਕਿ ਇਹ ਫਾਜ਼ਲ ਦਾ ਲੋਆ ਹੈ ਆਸਾਨੀ ਪੈਦਾ ਕਰਿਆ ਖੁਸ਼ਗਵਾਰ ਹੋਵੇ ਸਮੇਦਾਰੀ ਨਾਲ ਹੋਵੇ ਠੀਕ ਹੈ ਜਿਹੜੀ ਸਾਰੀ ਚੀਜ਼ਾਂ ਸੀ ਪੜੀਆਂ ਹੋਈਆਂ ਨੇ ਸਿਸਪਿਆਜ਼ੀ ਕਮਾਂਡੀਆਂ ਸੋਨੋ ਅਡੋਟਾਬਿਲੀ ਅਲ ਡਿਫਰੈਂਟੀ ਕਾਰਪੋਰਾਟੂਰੇ ਦਲ ਕੰਦੂ ਚਾਂਤੀ ਕਨ ਸਪਿਆਜ਼ੀ ਕਮਾਂਡ ਜਿਹੜੀ ਸਪੇਸ ਜਿਹਨ ਕਮਾਂਡ ਕਮਾਂਡ ਕਰਨ ਵਾਲੇ ਬਟਨ ਬਟਨ ਇਹੋ ਜਿਹੜੀ ਨੇ ਅਡੋਟਾਬਿਲੀ ਵੀ ਉਹ ਆਸਾਨੀ ਨਾਲ ਤੁਸੀਂ ਉਹਨਾਂ ਨੂੰ ਇਸਤੇਮਾਲ ਕਰ ਸਕੋ ਜਨ ਕਿ ਤੁਹਾਡਾ ਪੋਸਟ ਦੀ ਗੀਦਾ ਪੋਸਟ ਦੀ ਗੀਦਾ ਜਿਹੜੀ ਹੈ ਉਹ ਹੋਣੀ ਜਿਹਦੀ ਹਿਸਾਬਤ ਆਉਦੀ ਡਰਾਈਵਰ ਦੀ ਅਸ ਉਹਦਾ ਜਿਸਮ ਜਿਹੜਾ ਉਹ ਇੱਕ ਜਗ੍ਹਾ ਤਾਂ ਤੋਂ ਹੋਵੇ ਜਿੱਥੇ ਕਿ ਉਹ ਸਾਰੀ ਸਟ੍ਰੂ ਮਹੰਤੀ ਜਿਹੜੀ ਸਾਰੇ ਕਮਾਂਡੀ ਬਟਨ ਵਗੈਰਾ ਨੇ ਲੇਵੇ ਵਗੈਰਾ ਨੇ ਉਹ ਸਾਰੇ ਇਸਤੇਮਾਲ ਕੀਤੇ ਜਾ ਸਕਣ ਸੰ ਨਾਲ ਇਹ ਪੋਸਟ ਦੀ ਗੁਦਾ ਜਲੀਏ ਐਰਗੋਨੋਮਿਕੋ ਅਸ ਪੋਸਟ ਦੀ ਗੁਦਾ ਜਲੀਏ ਐਰਗੋਨੋਮਿਕੋ ਦਮਰਾਦੀ ਨੇ ਕਿ ਸੇ ਪੋਸਟ ਦੀ ਗੁਦਾ ਜਲੀਏ ਤੁਹਾਡੀ ਹੋਵੇਗੀ ਜਿੱਦਾਂ ਤੁਸੀਂ ਛੇ ਜਗ੍ਹਾ ਤੇ ਬੈਠੇ ਹੋਵੋ ਲੇ ਆਪਾਰਾਤੀ ਮਸਕੁਲਾਰੇ ਏ ਸਕੇਲੇ ਤ੍ਰੀ ਚਕੇ ਕੰਦੂ ਚੰਦੇ ਨੋਨਸੋਤੋ ਪੋਸਤੀ ਅਫਾਟਿਕਾਮੈਂਟੇ ਐਜੇਸਿਵੋ ਕਹਿੰਦੇ ਭੀ ਜੇ ਪੋਸਟੂਰ ਦੀ ਗਵਿਤਾ ਹੋਵੇਗਾ ਨਾ ਤੁਹਾਨੂੰ ਓਰਗੋਨੋਮੀਕ ਹੋਵੇਗੀ ਯਾਨੀ ਕਿ ਸਹੀ ਤਾਵੇਂਗੀ ਡੋੜੀ ਜੀ ਕਰੇ ਸਤਾ ਦੇ ਬੈਠੇ ਸਿਉਤ ਹੋ। ਡਰਾਈਵ ਕਰਨਦਰਾ ਨਾ ਅਪਾਰਾਟੀ ਮਸਕੁਲਾਟੂਰੇ ਸਕਿਲਾ ਯਾਨੀ ਕਿ ਇਹ ਇਹਦੇ ਤੁਹਾਨੂੰ ਜੀ ਤੁਹਾਡੇ ਮਸਲਜ਼ ਵਗੈਰਾ ਨੂੰ ਖਿੱਚ ਵਗੈਰਾ ਨਹੀਂ ਪਵੇਗੀ ਤੁਹਾਨੂੰ ਤੁਹਾਨੂੰ ਇਹਨਾਂ ਦਿੱਗੇ ਵਿੱਚ ਯਾਨੀ ਕਿ ਤੁਹਾਡੇ ਜੀ ਮਸਲਾਂ ਨੂੰ ਖਿੱਚ ਵਗੈਰਾ ਨਾਲ ਪੋਇਆ ਮੁਸ਼ਕਿਲਾਂ ਪੈਦਾ ਹੋਵੇ। ਇਹ ਕੰਦੂ ਚੈਨ ਨੋਨਸੋ ਤੋਂ ਬੋਰਸੀ ਅਫੈਟਿਕAMENTE ਐਕਸੇਸਿਵ ਜਿਹਦੇ ਦਿੱਗੇ ਵਿੱਚ ਡਰਾਈਵਰ ਜਿਹੜਾ ਉਹਨੂੰ ਸਫਰ ਨਹੀਂ ਕਰਨਾ ਪੈਣਾਗਾ ਤਕਲੀਫ ਤੋਂ ਨਹੀਂ ਗੁਜ਼ਰਨਾ ਪੈਣਾਗਾ ਜ਼ਿਆਦਾ। ਆਸਾਨੀ ਬედა ਹੋਵੇਗੀ ਦਰਸ਼ਕਾਂ ਤੇ ਬੇਰੋਇਆ ਇਹ ਪੋਸਤੋ ਦੀ ਗੁਇਡਾ ਜੇਲੀ ਐਰਗੋਨੋਮਿਕੋ ਇਹ ਪੋਸਤੋ ਕਿ ਗੁਇਡਾ ਜੇਲੀ ਸਪਰੋ ਕਰੈਕਟ ਪੋਸਤੋ ਦੀ ਗੁਇਡਾ ਜੇਲੀ ਡਰਾਈਵਰ ਦੀ ਲਾ ਪਰਮਨੈਂਜ਼ਾ ਪ੍ਰੋਲੁੰਗਾਤਾ ਅਲਾ ਗੁਇਡਾ ਪਰਮਨੈਂਟ ਔਰ ਲੰਬੇ ਟਾਈਮ ਦੀ ਜੇਲੀ ਤੁਸੀਂ ਡਰਾਈਵ ਕਰਦੇ ਹੋ ਨੋਨ ਨੋਨ ਪ੍ਰੋਵੋਕਾ ਅ ਫਾਟੀਕਾਮੈਂਟੋ ਐਚ ਸੀ ਵੋ ਇਹ ਨਹੀਂ ਫਿਰ ਵਜਾ ਬਣਦਾ ਜ਼ਿਆਦਾ ਤਕਲੀਫ ਦੇ ਡਰਾਈਵ ਤਕਲੀਫ ਤੇ ਆਉਣ ਦੀ ਇਨ ਜੀ ਹਜ਼ਾਰ ਦਾ ਤਕਲੀਫ ਦੇ ਡਰਾਈਵ ਨਹੀਂ ਹੁੰਦੀ ਐ ਵੀ ਠੀਕ ਐ ਜੇ ਲੰਬੀ ਤੁਸੀਂ ਡਰਾਈਵ ਵਗੈਰਾ ਕਰਦੇ ਹੋ ਅਸਾ ਨਹੀਂ ਪਤਾ ਕਰਦਾ ਦੂਸਰ ਕਿਹਾਂ ਪੇਰੇ ਜੇ ਕੋਰੇਟੋ ਪੋਸਟਾ ਦੀ ਗਵੀਦਾ ਉਹਦੇ ਅਗੇ ਕਹਿੰਦੇ ਨੇ ਪੇਜੀ ਇੱਕ ਇਹ ਪੋਸਟਾ ਦੀ ਗੁਈਦਾ ਇਰੇ ਏਰਗੋਨੋਮਿਕੋ ਸੇ ਮੂਵਿਮੇਂਟੀ ਨੇਚੈਸਾਰੀ ਜੇ ਮੂਵਮੈਂਟ ਤੁਹਾਨੂੰ ਲੋਡ ਹੋਵੇ ਜੇ ਸੇ ਇਕੂਰੇਟ ਹੋਵੇ ਨਾ ਪੋਸਟਾ ਦੀ ਗਵੀਦਾ ਜਿਹੜੀ ਮੂਵਮੈਂਟ ਦੀ ਲੋੜ ਨਹੀਂ ਐ ਪਰ ਲਗਵੀ ਦਾ ਡਰਾਈਵ ਕਰਨ ਲਈ ਨੌਨ ਕੋਂਪੋਰਟਾਨੋ ਸਫ ਸਫੋਰਜ਼ੋ ਐਚ ਸੀਓ ਇਦੇ ਲਈ ਤੁਹਾਨੂੰ ਜ਼ਿਆਦਾ ਤਕਲੀਫ ਨਹੀਂ ਉਠਾਉਣੀ ਪੈਣੀ ਲਗੀ ਯਾਨੀ ਕਿ ਇਦੇ ਲਈ ਤੁਹਾਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ ਲਗੀ ਜੇ ਪੋਸਟੂਰ ਦੀ ਗੀਵਿਦਾ ਕਰੈਕਟ ਹੋਵੇ ਤੇ ਜਦ ਮੂਵਮੈਂਟ ਨਾ ਚਾਹੀਏ ਮੂਵਮੈਂਟ ਦੀ ਤੁਹਾਨੂੰ ਲੋਡ ਹੈ ਨਾ ਡਰਾਈਵ ਕਰਨ ਦੌਰਾਨ ਉਹਦੇ ਲਈ ਤੁਹਾਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ ਲਗੀ ਜੇ ਪੋਸਟੂਰ ਦੀ ਗੀਵਿਦਾ ਕਰੈਕਟ ਹੋਵੇਗਾ ਵੇਰੋਆ ਅਗਰ ਪੋਸਟੂਰ ਦੀ ਗੀਵਿਦਾ ਐਰਗੋਨੋਮਿਕੋ ਪੋਸਟੂਰ ਦੀ ਗੀਵਿਦਾ ਜੇ ਐਰਗੋਨੋਮਿਕ ਹੋਵੇ ਲਾ ਟੈਂਪਰੇਚੂਰਾ ਡੇਲਾ ਬਿਟਾ ਕੋਲੋ ਜੇਰਾ ਟੈਂਪਰੇਚਰ ਹੈਗਾ ਕੈਬਨ ਦੇ ਅੰਦਰ ਜਿੱਥੇ ਬੰਦਾ ਬੈਠ ਕੇ ਡਰਾਈਵ ਕਰ ਲੱਗੀ ਹੁੰਦਾ ਹੈ ਮੈਂ ਤੈਨੂੰ ਤੋਂ ਕੁਸਟਨਟਲੀ ਉਹ ਹਮੇਸ਼ਾ ਰਹਿਣਾ ਚਾਹੀਦਾ ਹੈ 100ਪ੍ਰਾ ਇਹ ਵੈਂਟ ਯੋਤੋ ਗ੍ਰਾਦੀ ਕਿਨਾਂ ਹਮੇਸ਼ਾ ਉਹ 28 ਗ੍ਰਾਦੀ ਦੇ ਉੱਤੇ ਆਉਣਾ ਚਾਹੀਦਾ ਹੈ ਦੇਖੋ ਜੀ ਹਮੇਸ਼ਾ 28 ਗ੍ਰਾਦੀ ਦੇ ਉੱਤੇ ਆਉਣਾ ਲਾਜ਼ਮੀ ਨਹੀਂ ਹੈ ਵੀ ਡਿਪੈਂਡ ਕਰਦਾ ਸੀਜ਼ਨ ਦਾ ਮੌਸਮ ਦੇ ਉੱਤੇ ਠੀਕ ਹੈ ਔਰ ਤੁਹਾਡੀ ਤਬੀਅਤ ਉੱਤੇ ਵੀ ਤੁਹਾਨੂੰ ਕੀ ਲੋੜ ਹੈ ਠੀਕ ਹੈ ਇਸ ਕਰਕੇ ਗਲਤ ਗੱਲ पे ਫਾਲਸ ਹੋਇਆ

ਕਨਵੇ ਜੇ ਪੋਸਟ ਦੀ ਗੀਦਾ ਤੁਹਾਡਾ ਠੀਕ ਹੈ ਨਾ ਤੇ ਡਰਾਈਵਰ ਇੰਡੀਕੇਟਰ ਦੇ ਰੈਸ਼ਿਓ ਨੇ ਜਦਾ ਉਹਨਾਂ ਦਾ ਇਸਤੇਮਾਲ ਨਹੀਂ ਕਰ ਲਗਾ ਯਾਰ ਇੰਡੀਕੇਟਰ ਦੇ ਰੈਸ਼ਿਓ ਨੇ ਇੱਕ ਕੰਫਰਟ ਅਨਕੰਫਰਟ ਨਾਲ ਇਹਦਾ ਕੋਈ ਤਲਕ ਨਹੀਂ ਹੈ ਤੁਸੀਂ ਆਰਾਮ ਦੇ ਡਰਾਈਵ ਆਰਾਮ ਦੇ ਡਰਾਈਵ ਨਹੀਂ ਹੈ ਉਹਦੇ ਨਾਲ ਇਹ ਦੇ ਇਹਦਾ ਕੋਈ ਤਲਕ ਨਹੀਂ ਹੈ ਵੀ ਜਿਹੜਾ ਹੁੰਦਾ ਨਾ ਇੰਡੀਕੇਟਰ ਦੇ ਰੈਸ਼ਿਓ ਨੇ ਇਹ ਔਨ ਕਰਨ ਦੇ ਦਿਨ ਲੋਡ ਪੇ ਦਾ ਕੁਰਸੀਏ ਚੇਂਜ ਕਰਨੀ ਹੈ ਓਵਰਟੇਕ ਕਰਨਾ ਹੈ ਓਵਰਟੇਕ ਕਰ ਦੁਬਾਰੀ ਐਂਟਰ ਹੋਣਾ ਆਪਣੀ ਕੁਰਸੀ ਵੀ ਸੱਜਾ ਮੋਣਾ ਖੱਬਾ ਮੋਣਾ ਨਾ ਸੁਰਤਾਂ ਵਿੱਚ ਹੁੰਦਾ ਹੈ ਇਹ ਕਟ ਯੂਜ਼ ਕਰਨਾ ਇਹਦਾ ਕੋਈ ਕੋਤ ਲਗਨੀ ਹੈ ਗਲਤ ਇਨਫਾਲਸ ਹੋਇਆ ਕਿਨੇ ਪੋਸਟਰ ਦੀ ਗਵੀਦਾ ਐਰਗੋਨੋਮਿਕAMENTE ਜਿਹੜਾ ਪੋਸਟਰ ਦੀ ਗਵੀਦਾ ਐਰਗੋਨੋਮਿਕAMENTE ਜਿਹੜਾ ਯਾਨੀ ਕਿ ਪ੍ਰੋਪਰ ਜਿਹੜਾ ਪੋਸਟਪਿਗਵੀਦਾ ਜਿਹੜਾ ਤੁਹਾਡਾ ਸਹੀ ਇਸ ਸਪੇਸ ਯੂ ਕਮਾਂਦੀ ਜਿਹੜਾ ਸਪੇਸ ਸੀ ਸਪੇਸ ਹੈਗਾ ਬਟਨਾ ਬਟਨਾ ਦੂਸਰੋ ਮਹੰਤੀ ਜਿਹੜੀ ਚੀਜ਼ਾਂ ਅੰਦਰ ਵਈਆਂ ਸੋਨੋ ਫੱਚ ਇਲੀਮੈਂਟ ਰਿਜਿੰਜੀਬਿਲੇ ਐਡ ਅਜ਼ ਯੂਨਾਬਿਲੇ ਉਹ ਆਸਾਨੀ ਦੇ ਨਾਲ ਰਿਜਿੰਜੀਬਿਲੇ ਤੁਸੀਂ ਉਹਨਾਂ ਤੱਕ ਪਹੁੰਚ ਸਕੋਗੇ ਔਰ ਅਜ਼ ਯਨਾਬਿਲੇ ਔਰ ਆਨ ਆਫ ਕਰ ਸਕੋਗੇ ਉਹਨਾਂ ਨੂੰ ਦਰੁਸਤ ਕਰਨ ਪੇਪਰ ਆਇਆ ਜਿਹੜੀ ਗੱਲ ਹੈ ਆਸਾਨੀ ਨਾਲ ਉਹਨਾਂ ਨੂੰ ਪਹੁੰਚੋਗੇ ਜਿਹੜੇ ਬਟਨ ਵਗੈਰਾ ਲੇਵੇ ਨੇ ਜੋ ਵੀ ਹੈ ਤੁਸੀਂ ਜਿੱਥੇ ਬੈਠੇ ਹੋ ਪੋਸਟ ਦੀ ਵੀ ਦਾ ਤੁਹਾਡੀ ਯਾਨੀ ਕਿ ਸਾਰੇ ਜਿਹੜੇ ਬਟਨ ਨੇ ਜਿੱਥੇ 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 ਤੁਹਾਨੂੰ ਡਰਾਈਵ ਕਰਨ ਦੇ ਦਰਮਿਆਨ ਲੋਡ ਪੈਣੀ ਹੈ ਉਹ ਤੁਹਾਡੇ ਨਜ਼ਦੀਕ ਹੀ ਹੋਣੇ ਚਾਹੀਦੇ ਨੇ ਉਹ ਹੀ ਪੋਸਟ ਦੀ ਵੀ ਦਾ ਜਿਹੜਾ ਕਰੈਕਟ ਹੋਵੇਗਾ ਅਰਗੋਨੋਮਿਕ ਹੋਵੇਗਾ ਦਰੁਸਤ ਕਰਨ ਪੇਪਰ ਆਇਆ ਐ ਕਿਨੇ ਵੀ ਇਹ ਪੋਸਟ ਦੀ ਵੀ ਦਾ ਜਿਹੜਾ ਹੈ ਅਰਗੋਨੋਮਿਕ ਹੋ ਪੋਸਟ ਦੀ ਵੀ ਦਾ ਅਰਗੋਨੋਮਿਕ ਹੋ ਜਿਹੜਾ ਹੈ ਸੇਲ ਵੀ ਕੋਲੀ ਮੂਨੀਤੋ ਦੀ ਇੰਪਿਆਂਤੇ ਸਟੇਰਜ਼ੋ ਸਟੇਰੀਓ ਕਹਿੰਦੇ ਗੱਡੀ ਨੂੰ ਸਟੀਰੀਓ ਸਿਸਟਮ ਲੱਗਿਆ ਹੋਵੇ ਠੀਕ ਹੈ ਗਾਣੇ ਮਾਣੇ ਸੁਣ ਲਈ ਇਦਾਂ ਦੇਖੋ ਜੀ ਇਹਦਾ ਇਹਦੇ ਨਾਲ ਕੋਈ ਤਲਕ ਨਹੀਂ ਆਇਆ ਗੱਲ ਕਿ ਨਿਫਾਲ ਸੋਇਆ ਤੁਸੀਂ ਕੰਮ ਕਰਨਾ ਆਇਆ ਗਾਣੇ ਨਹੀਂ ਸੁਣਨਾ ਆਏ ਨਾ ਕਹਿੰਦੇ ਪੋਸਟੋ ਦੀ ਗਵੀਦਾ ਐਰਗੋਨੋਮਿਕੋ ਜਿਹੜਾ ਪੋਸਟੋ ਦੀ ਗਵੀਦਾ ਐਰਗੋਨੋਮਿਕੋ ਹੈ ਸੇਲਵਿਕੋਲੀ ਮੀਨੂਤੀ ਦੀ ਨੈਵੀਗਾ ਤੋਰੇ ਸਤਲਿਤਾਰੇ ਜੇ ਗੱਡੀ ਨੂੰ ਨੈਵੀਗੇਟਰ ਸੈਟਲਾਈਟ ਵਾਲਾ ਦਿੱਤਾ ਗਿਆ ਹੋਵੇ ਦੇਖੋ ਜੀ ਨੈਵੀਗੇਟਰ ਦਾ ਵੀ ਪੋਸਟੋ ਦੀ ਗਵੀਦਾ ਐਰਗੋਨੋਮਿਕੋਮੈਂਟੋ ਐਰਗੋਨੋਮਿਕੋ ਨਾਲ ਕੋਈ ਤਲਕ ਨਹੀਂ ਆਵੀ ਠੀਕ ਹੈ

ਜਿੱਦਾਂ ਆਂਦਰ ਪੀਨਾ ਜਿਹਨਾਂ ਕਿ ਚੋਰੀ ਵਗੈਰਾ ਡਕੈਤੀ ਕਰ ਤੋਂ ਬਚਾਇਆ ਜਾਂਦਾ ਹੈ ਕਹਿੰਦੇ ਪੋਸਟ ਅਦਿਕਵੀ ਦਾ ਉਹਨੂੰ ਕਹਿੰਦੇ ਨੇ ਗਲਤ ਕਿਨਾਂ ਬੇਫਾਲ ਹੋਇਆ ਕਹਿੰਦੇ ਸੇਜ ਵੀ ਕੋਈ ਦਤਾ ਤੋਂ ਜਿਹੜੀ ਗੱਡੀ ਦਿੱਤਾ ਗਿਆ ਹੋਇਆ ਅਸਤ ਲ ਸਤਲੀ ਤਾਰ ਜਿਹਨਾਂ ਕਿ ਚੋਰੀ ਤੋਂ ਬਚਾਉਣ ਲਈ ਕੀਤੀ ਬਚਾਉਣ ਲਈ ਜਿਹੜਾ ਸਿਸਟਮ ਦਿੱਤਾ ਗਿਆ ਹੋਇਆ ਕਹਿੰਦੇ ਤਾਂ ਫਿਰ ਪੋਸਟ ਅਦਿਕਵੀ ਦਾ ਠੀਕ ਹੋਵੇਗਾ ਗਲਤ ਕਿਨਾਂ ਬੇਫਾਲ ਹੋਇਆ ਇਹ ਵੀ ਨਿਹਾਈਤ ਫਜ਼ੂਲ ਗੱਲ ਕੀਤੀ ਨੇ ਹਾਇ ਤਾਂ ਹੁਣ ਅਸੀਂ ਗੱਲ ਕਰਾਂ ਇਨਸੂਨੋ ਰੀਜ਼ਾਸੀਓਨ ਹੈ ਇਨਸੂਨੋ ਰੀਜ਼ਾਸੀਓਨ ਯਾਨੀ ਕਿ 사ਉਂਡ ਪ੍ਰੂਫ ਕਰਨਾ ਜਿਹੜਾ ਕੈਬਨ ਹੈ ਜਿਹੜਾ ਡ ਜਿਹੜਾ ਖਾਨ ਹੈ ਅਭੀ ਤੱਕ ਉਹ ਹੋਵੇ ਜਿੱਥੇ ਕਿ ਉਹ ਬੈਕ ਡਰਾਈਵ ਕਰਦਾ ਹੈ ਉਹਨੂੰ ਸ਼ੋਰ ਦੀ ਹਲੂਦਗੀ ਤੋਂ ਸ਼ੋਰ ਦੀ ਇੰਪਲੂਸ਼ਨ ਤੋਂ ਯਾਨੀ ਕਿ ਖਤਮ ਕਰਨੀ ਹੈ ਯਾਨੀ ਕਿ ਘਟ ਹੋਣੀ ਚਾਹੀਦੀ ਹੈ ਉਹਨਾਂ ਕੀ ਉਹਦੇ ਬਾਰੇ ਕੁਐਸਚਨ ਜਿਹੜੇ ਨੇ ਉਹ ਪੜਾਂਗੇ ਅਸੀਂ ਤੇ ਕਹਿੰਦੇ ਇਨ ਸੋਨੋਰੀਜ਼ਾਸਿਓਨੇ ਡੇਲਾ ਕਾਬੀਨਾ ਡੇ ਗੁਈਦਾ ਜੇ ਸਾਊਂਡ ਪ੍ਰੂਫ ਕਰਦੇ ਅਸੀਂ ਕਾਬਿਨ ਕੈਬਨ ਜਿਹੜਾ ਹੈ ਡਰਾਈਵ ਕਰਨਾ ਜਿੱਥੇ ਬੈਕ ਡਰਾਈਵ ਕਰਨੀ ਹੈ ਮਿਲੀਓਰਾ ਵਿਜਿਆਂਡੋ ਕੋਨ ਵਦਿਏ ਜੇ ਤੁਸੀਂ ਸਫ਼ਰ ਕਰੋ ਕੋਨ ਫਿਨਿਸਤਰੀ ਨੀ ਕਯੂਜੀ ਸ਼ੀਸ਼ੇ ਬੰਦ ਕਰਕੇ ਦਰੁਸਕਾਂ ਪੇਵਰ ਹੈ ਜੇ ਸ਼ੀਸ਼ੇ ਬੰਦ ਕਰਕੇ ਜ਼ਰੀਗਾ ਹਵਾ ਦਾ ਸ਼ੋਰ ਖਰਾਬਾ ਵੀ ਹੁੰਦਾ ਉਸ ਤਰ੍ਹਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਔਰ ਵੈਸੇ ਵੀ ਅੰਦਰ ਦਾ ਕੈਬ ਬੰਦਾ ਸ਼ੋਰ ਵੀ ਕਟੇਗਾ ਜ਼ਰੀਗਾ ਲੈ ਦਰੁਸਕਾਂ ਪੇਵਰ ਹੈ ਕਹਿੰਦੇ ਐਚਐਸਸੀ ਹੁਣ ਐਚਐਸਸੀ ਬਾਰੇ ਮੋਰੇ ਇੱਕ ਜ਼ਿਆਦਾ ਸ਼ੋਰ ਜੇ ਹੋਵੇ ਰੁਲਾ ਹੋਵੇ ਅਲਾ ਇੰਟੀਰਨਾ ਦਲਾ ਕਬੀਨਾ ਕੈਬਨ ਦੇ ਅੰਦਰ ਡਿਗਵੀ ਦਾ ਡਰਾਈਵ ਗੰਦਰਾਨੋ ਇੰਚੀ ਦੇ ਸੁਲ ਬੈਂਸੇਰਾ ਦੇ ਕੰਡੂਚੈਂਟ ਅਸਰ ਅੰਦਾਜ਼ ਕਰਦਾ ਹੈ ਬੈਂਸੇਰਾ ਯਾਨੀ ਡਰਾਈਵਰ ਦੀ ਵਧੀਆ ਹੋਣ ਦੇ ਵਿੱਚ ਫਲਾਵ ਦੇ ਵਿੱਚ ਡਰਾਈਵਰ ਦੇ ਵਿੱਚ ਇੰਚੀ ਦੇ ਅਸਰ ਅੰਦਾਜ਼ ਪ੍ਰਭਾਵਿਤ ਅਸਰ ਅੰਦਾਜ਼ ਕਰਦਾ ਹੈ ਦਰਸ਼ਕਾਂ ਬੇਵੇਰ ਹੋਇਆ ਇਨ ਸਨੋਰਾਈਜ਼ਾਸੀਓਨੇ ਸਾਊਂਡ ਪ੍ਰੂਫ ਕਰਨਾ ਤਾਂ ਕਿ ਕਬੀਨ ਦੀ ਵੀ ਦਾ ਕੈਬਨ ਨੂੰ ਜੈ ਡਰਾਈਵ ਕਰਨਾ ਮਿਲੀਓਰਾ ਵਧੀਆ ਹੋਵੇਗਾ ਜੇ ਵਿਆਜਾਂ ਤੋਂ ਤੁਸੀਂ ਫੈਕਰਦੇ ਹੋ ਕੌਨ ਫਿਨਿਸਟਰੀ ਨੇ ਆ ਪੇਰਤੀ ਸ਼ੀਸ਼ੇ ਖੋਲ ਕੇ ਯਾਰ ਸ਼ੀਸ਼ੇ ਖੋਲ ਕੇ ਥੋੜੀ ਵਧੀਆ ਹੋਵੇਗਾ ਸ਼ੀਸ਼ੇ ਕੋਲ ਕੋਤੇ ਘਟਿਆ ਹੋਵੇਗਾ ਨਾ ਸ਼ੀਸ਼ੇ ਕੋਲ ਕੋਤੇ ਸ਼ੋਰ ਪ੍ਰਦੂਸ਼ਣ ਪਾ ਦੇਗੀ ਘਟੇਗੀ ਥੋੜੀ ਫਾਲਤੋਂ ਕਹਿੰਦੇ ਪਰ ਮਿਲੀਓਰਾ ਇਨ ਸੋਨਰਾਸੀਆ ਸੋਨ ਰਿਲਾਸਿਓਨੇ Nell'abitacolo ਜਿਹੜਾ ਅੰਦਰ ਦਾ ਖਾਨ ਹੈ ਜਿਹੜਾ ਕੈਬਿਨ ਵਗੈਰਾ ਤੁਹਾਡਾ ਉਹ ਜੋ ਉਹਦੇ ਵਿੱਚ ਵਧੀਆ ਜੇ ਤੁਸੀਂ ਬਣਾਉਂਦੇ ਹੋ ਕਿ ਘੱਟ ਸ਼ੋਰ ਦੀ ਅਲੂਦਗੀ ਹੋਵੇ ਬਿਜ਼ੋਨੀ ਆ ਲਾਜ਼ਮੀ ਐਤਨੇਰੇ ਆਲਤੋ ਇਲ ਵਲੂਮੇ ਦਲਾ ਰਾਸਾ ਦੀਲੇ ਕਨ ਬੇ ਜ਼ਿਆਦਾ ਉੱਚਾ ਵਾਲੀਂ ਰੱਖੋ ਇਹ ਥੋੜਾ ਸਵਾਲ ਲਫਜ਼ ਆ ਰਖੀ ਆਖਰੀ ਗਲਤ ਲੱਗ ਰਿਹਾ ਹੈ ਇਹਦੇ ਵਿੱਚ ਹਾਲ ਤੋਂ ਬਲੂ ਮੇਦਲਾ ਰੈਡੀਓ ਹੁੰਦਾ ਹੈ ਠੀਕ ਹੈ ਇਸ ਕਰਕੇ ਸਾਨੂੰ ਇਹ ਰੈਡੀਓ ਕਰਨਾ ਪੈਣਾ ਹੈ ਰੈਡੀਓ ਠੀਕ ਹੈ ਜੀ ਅਲਟੋ ਵੋਲਿਊਮ ਹੈ ਕਿਨੇ ਬੇ ਜੇ ਤੁਸੀਂ ਅ ਦੁਬਾਰਾ ਪੜ੍ਹਨੇ ਕਰਨ ਮਿਲ ਗਏ ਨਿਰੰਚਨ ਰੈਜ਼ਿਨ ਦੇ ਬਾਇਓਕੋਲ ਜਿਹੜਾ ਰੈਡਰ ਕੈਬਨ ਦੀ ਜਿਹੜਾ ਮਾਹੌਲ ਹੈ ਉਹਨੂੰ ਸਾਊਂਡ ਪ੍ਰੂਫ ਕਰ ਲਈ ਵਿਜੋ ਨਹੀਂ ਤਨੇ ਰਹੇ ਅਲਟੋ ਵੋਲਿਊਮ ਦੇ ਦਾ ਰਾਜੀ ਹੋ ਜ਼ਿਆਦਾ ਵੋਲਿਊਮ ਰੱਖਣਾ ਤੁਸੀਂ ਰੈਡੀ ਹੈ ਤਾਂ ਨਾ ਹੀ ਕੀ ਫਜ਼ੂਲ ਤਰੀਕ ਗੱਲ ਕੀਤੀ ਗੱਲ ਕਿੰਨਾਂ ਤੇ ਫਾਲਸ ਹੋਇਆ ਠੀਕ ਹੈ ਹੁਣ ਅਸੀਂ ਗੱਲ ਕਰਾਂਗੇ ਕਲਿਮੈਟੀਜ਼ਾਸ਼ਨ ਯਾਨੀ ਕਿ এনवायरमेंट ਜਿਹੜਾ ਅੰਦਰ ਦਾ ਮਾਹੌਲ ਕਿਵੇਂ ਦਾ ਹੋਣਾ ਚਾਹੀਦਾ ਠੀਕ ਹੈ ਉਹਦੇ ਬਾਰੇ ਜਿਹਦੇ ਵਿੱਚ ਪਹਿਲਾ ਕੁਐਸਚਨ ਆ ਗਿਆ ਸਾਡੇ ਕੋਲੇ ਅ ਲਾ ਕਾਟੀਵਾ ਕਾਟੀਵਾ ઓਜ਼ੀ ઓਜ਼ੀ ਜੇਨੈਜ਼ਿਓਨੇ ઓਜ਼ੀ ਜੇਨੈਜ਼ਿਓਨੇ ਯਾਨੀ ਕਿ ਆਕਸੀਜਨ ਦੀ ਗੱਲ ਕਰ ਰਹੇ ਹ ਜੇ ਖਰਾਬ ਕਾਟੀਵਾ ਖਰਾਬ ਯਾਨੀ ਕਿ ਕਟਵਾ ਯਾਨੀ ਕਿ ਪ੍ਰੋਪਰ ਨਾ ਹੋਵੇ ਆਕਸੀਜਨ ਜੇ ਆਪੇ ਦੇ ਕੋਲੋ ਜਿੱਥੇ ਤੁਸੀਂ ਹੈ ਉਹ ਕਿੱਥੇ ਹੋ ਤੁਸੀਂ ਆਪੇ ਦੇ ਕੋਲੋ ਕੀ ਹੁੰਦਾ ਕੈਬਨ ਵਾਰਾ ਤੁਹਾਡਾ ਖਾਨਾ ਜਿੱਥੇ ਵਿਚ ਰਹਿੰਦੇ ਹੋ ਤੁਸੀਂ ਯਾਨੀ ਕਿ ਡਰਾਈਵ ਕਰਦੇ ਹੋ ਬੈ ਕੇ ਤੁਹਾਡਾ ਕੈਬਨ ਜੇ ਤੁਹਾਡੇ ਕੈਬਨ ਵਿੱਚ ਘੱਟ ਜਾਂ ਪੈੜੀ ਆਕਸੀਜਨ ਹੈ ਯਾਨੀ ਕਿ ਪ੍ਰੋਪਰ ਨਹੀਂ ਜਿੰਨੀ ਚਾਹੀਦੀ ਹੈ ਰਿਦੂ ਚੇਲ ਬੈਂਸਰ ਦਾ ਗੰਦੂ ਜਿੰਦੇ ਇੱਕ ਘਟ ਕਰਦਾ ਹੈ ਵਧੀਆ ਤਰੀਕੇ ਨਾਲ ਡਰਾਈਵ ਕਰਨ ਵਾਲਾ ਡਰਾਈਵਰ ਤੋਂ ਦਰਸ ਕੇ ਬੇਵਰ ਹੋਇਆ ਇਹ ਫੂਮੋ ਸਤੰਜਨਨ ਸਤੰਜਨਾਤੋ ਤੇ ਦੀ ਸਿਗਰੇਟੋ ਜੇ ਜਿਹੜਾ ਜਮਾ ਹੋ ਜਾਏ ਇਕੱਠਾ ਹੋ ਜਾਏ ਜਿਹੜਾ ਸਿਗਰੇਟ ਦਾ ਧੂਆ ਹੈ ਜਿਹੜਾ ਬਚ ਕੋਲ ਕੈਬਨ ਦੇ ਵਿੱਚ ਰਿਦੂ ਚੇਲ ਐਫੀਸ਼ੀਐਂਸ ਦਾ ਦਲ ਕੰਦੂ ਚਾਂਦੇ ਕਹਿੰਦੇ ਘਟ ਕਰਦਾ ਰਿਡਿਊਸ ਕਰਦਾ ਜਿਹੜਾ ਕਾਰਕਰਦਗੀ ਹੈ ਡਰਾਈਵਰ ਦੀ ਦਰਸ ਕੇ ਬੇਵਰ ਹੋਇਆ ਕਿੰਨੇ ਬੇ ਇਹ ਉਹਨਾ ਅਭੀ ਤੱਕ ਕੋਲ ਬੈਨ ਏਰੀਆ ਤੋਂ ਕਿੰਨੇ ਅਭੀ ਤੱਕ ਕੋਲ ਬੈਨ ਏਰੀਆ ਵਧੀਆ ਤਰੀਕੇ ਨਾਲ ਸਿਸਟਮ ਆ ਰਹੀ ਕਿ ਤੱਕ ਹੈ ਅਭੀ ਤੱਕ ਕੋਲ ਜਿਹੜਾ ਬਣੂਗਾ ਜਿਹੜੇ ਫਵਰੀਸ਼ ਆਸਾਨੀ ਪੈਦਾ ਕਰਦਾ ਹੈ ਯਾਨੀ ਕਿ ਬਿਹਤਰੀ ਲੈ ਕੇ ਆਉਂਦਾ ਹੈ ਇਹ ਬਿਹਤਰੀ ਫਵਰੀਸ਼ ਹੈ ਯਾਨੀ ਕਿ ਇਹ ਵਧੀਆ ਹੁੰਦਾ ਹੈ ਇਨਸਰਜੈਂza ਇਹ ਆਗਾਜ਼ ਹੁੰਦਾ ਹੈ ਦਿਲ ਕੋਲ ਪੋਦੀ ਸੋਨ ਦੱਕੰਦੂ ਜਾਂਦੇ ਡਰਾਈਵਰ ਦੇ ਸੋਨ ਦਾ ਦੇਖੋ ਜੀ ਜਿਹੜਾ ਅੰਦਰ ਦਾ ਮਾਹੌਲ ਜਿਹੜਾ ਨਾ ਕਹੇ ਬੰਦਾ ਉਹ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਏ ਕਿ ਇਕੋਲਪੋ ਦੀ ਸੋਨੋ ਲੈ ਕੇ ਆਇਆ ਯਾਨੀ ਕਿ ਤੁਸੀਂ ਸੌਂ ਜਾਓ ਜਾਂ ਨੀਂਦ ਤੁਹਾਡੀ ਬਣਾਏ ਗਲਤ ਜਾਂ ਫਾਲਸ ਹੋਇਆ ਕੰਡੀਸ਼ਨ ਦਾ ਫਿਲਟਰ ਦੇ ਐਂਟੀਪੋਲ ਹੋਣਾ ਜਿਹੜੀ ਕੰਡੀਸ਼ਨ ਹੈਗੀ ਫਿਲਟਰ ਦੇ ਐਂਟੀਪੋਲ ਜਿਹੜਾ ਅੰਦਰ ਹਵਾ ਵਗਰ ਲੈ ਕੇ ਜਾਂਦਾ ਟਰਾਂਸ ਜਿਹੜੀ ਹਵਾ ਜਦ ਅੰਦਰ ਆਉਂਦੀ ਹੈ ਨਾ ਏਸੀ ਵਗੈਰਾ ਦੀ ਤੇ ਉਹ ਫਿਲਟਰ ਦੇ ਐਂਟੀਪੋਲੋਂ ਦੇ ਗੁਜ਼ਰ ਕੇ ਆਉਂਦੀ ਹੈ ਕਿ ਉਹ ਜ਼ਿਆਦਾ ਸਾਫ਼ ਹੋ ਜਾਏ ਸਭ ਨੋਨ ਇਨ ਦੀ ਇਨਚੀਦ ਨੂੰ ਨਹੀਂ ਅਸਰ ਅੰਦਾਜ਼ ਪਰ ਪ੍ਰਭਾਵਿਤ ਕਰਦੀ ਤੁਹਾਨੂੰ ਕੁਆਲਿਟੀ ਦੀ ਆਰੀਆ ਅੰਦਰ ਦਾ ਲਾਬੀ ਦਾ ਕੋਲ ਜਿਹੇਂਦਰ ਵੀਲੀ ਹਵਾ ਦੀ ਕੁਆਲਿਟੀ ਕਿਨੂੰ ਅਸਰੰਦਾਜ਼ੀਆਂ ਪ੍ਰਭਾਵਿਤ ਨਹੀਂ ਕਰਦੀ ਜਿਹੜੀ ਗੱਲ ਹੈ ਹਵਾ ਜਿਹੜੀ ਫਿਲਟਰੋਂ ਦੇ ਉੱਪਰ ਉਹਨਾਂ ਵਿਚੋਂ ਗੁਜ਼ਰ ਕੇ ਕੈਬਨ ਦੇ ਵਿਚਾਰੀ ਹੈ ਜਿਹੜੀ ਗੱਲ ਹੈ ਫਿਰ ਉਹ ਕੈਬਨ ਨੂੰ ਕੈਬਨ ਦੇ ਮਾਹੌਲ ਨੂੰ ਅਸਰੰਦਾਜ਼ ਕਰੇ ਇਹ ਗਲਤ ਕੰਨ ਬੇ ਫਾਲਸ ਹੋਇਆ ਕੋਰੈਟ ਪੋਸਤੂਰਾ ਕੋਰੈਟਾ ਡੇਲਾ ਗੁਈਦਾ ਕੋਰੈਕਟ ਜਿਹੜੀ ਪੋਸਤੂਰਾ ਹੈ ਸੀਟ ਹੈਗੀ ਹੈ ਸੀਟ ਦੇ ਤਾਂ ਹੈਗੀ ਹੈ ਜਿਹੜੀ ਡਰਾਈਵ ਕਰਨ ਦੇ ਦੌਰਾਨ ਪੋਸਚੁਰ ਕਰਾਪਾ ਕੀ ਹੁੰਦਾ ਹੈ ਕੋਰੇਤਾ ਪੋਸਚੁਰ ਯਾਨੀ ਕਿ ਤੁਹਾਡਾ ਜਿਹੜਾ ਨਾ ਸੀਟ ਜਿਹੜੀ ਹੈ ਇਸ ਤਰੀਕੇ ਨਾਲ ਲੱਗੀ ਹੋਵੇ ਤੁਹਾਡੀ ਕੰਨ ਦੀ ਜਿਹੜੀ ਹੈ ਉਹ ਉਹਦੀ ਸੀਟ ਦੀ ਜਿਹੜੀ ਹੈ ਕੰਡ ਵਾਲੀ ਥਾਂ ਉਹਦੇ ਨਾਲ ਲੱਗੀ ਹੋਵੇ ਤੁਹਾਡਾ ਪਜੇ ਤੇਸਾ ਜਿਹੜਾ ਹੈ ਥੋੜਾ ਜਿਨਾ ਉਹਦੇ ਤੋਂ ਤਕਰੀਬਨ 10 ਸੈਂਟੀਮੀਟਰ ਦੂਰ ਹੋਣਾ ਚਾਹੀਦਾ ਪਜੇ ਤੇਸਾ ਤੋਂ ਠੀਕ ਹੈ ਤੁਹਾਡੇ ਹੱਥ ਪੈਰ ਜਿਹੜੇ ਨੇ ਉਹ ਜੇ ਤੁਸੀਂ ਜ਼ਰੂਰਤ ਪੋਏ ਤੇ ਉਹ ਸਾਰੇ ਜਿਹੜੇ ਬਟਨ ਛਟਨ ਨੇ ਉਨਾਂ ਨੂੰ ਤੁਸੀਂ ਇਸਤੇਮਾਲ ਕਰ ਸਕੋ ਔਰ ਹਲਕੀ ਜਿਹੀ ਬੈਂਡ ਹੋਣੀ ਚਾਹੀਦੀ ਨੇ ਲੱਤਾਂ ਹਲਕੀ ਜਿਹੀ ਬੈਂਡ ਹੋਣੀ ਚਾਹੀਦੀਆਂ ਨੇ ਜੇ ਲੋਡ ਪੋਇਆ ਬ੍ਰੇਕ ਗੇਅਰ ਰੇਸ ਇਹ ਵੋ ਕਿਸੇ ਵੀ ਪੈਡਲ ਨੂੰ ਤੁਸੀਂ ਆਸਾਨ ਨਾਲ ਇਸਤੇਮਾਲ ਕਰ ਸਕੋ ਜਿਹੜਾ ਅਸੂਲੀ ਤੌਰ ਤੇ ਅਸੀਂ ਪਿੱਛੇ ਪੜ ਕੇ ਵੀ ਆਏ ਹੋਇਆ ਹੈ ਏਰਗੋਨੋਮੀ ਵਾਲਾ ਇੱਕ ਵੀ ਦਰਸਾਨ ਆਸਾਨ ਨਾਲ ਡਰਾਈਵ ਕਰਨੀ ਹੋਵੇ ਜਿੱਦੋਂ ਅਸੀਂ ਪੋਸਚੁਰ ਅਦਿਗ ਵੀ ਪੋਸਚੁਰ ਅਦਿਪੋਜੀਸ਼ਨ ਆ ਉਸੇ ਦੁਬਾਰਾ ਪੜਾਂਗੇ ਕਾਫੀ ਕੈਂ ਕਵੈਸਚਨ ਜਿਹੜੇ ਕਿ ਪਿੱਛੇ ਅੱਗੇ ਰਲਦੇ ਮਿਲਦੇ ਨੇ ਠੀਕ ਹੈ ਰਿਪੀਟ ਹੁੰਦੇ ਨੇ ਇਸ ਕਰਕੇ ਈਜ਼ੀ ਐ ਮੁਸ਼ਕਲ ਨਹੀਂ ਹੋੜਗਾ ਤੇ ਕਹਿੰਦੇ ਪਹਿਲਾ ਕਵੈਸਚਨ ਹੈ ਕਹਿੰਦੇ ਲਪਜ਼ ਪੋਸਚੂਰਾ ਜਿਹੜਾ ਪੋਸਚੂਰਾ ਹੁੰਦਾ ਈ ਲਪੋਜੀਸ਼ਨ ਹੈ ਈ ਇੱਕ ਪੋਜੀਸ਼ਨ ਹੁੰਦੀ ਐ ਪੋਸਚੂਰਾ ਠੀਕ ਹੈ ਕਿ ਅਜ਼ੂਮ ਹੈ ਕੰਦੂਚੈਂਤ ਜਿਹੜੇ ਕਿ ਲਾਜ਼ਮੀ ਹੁੰਦੀ ਹੈ ਰੱਖਣੀ ਹੁੰਦੀ ਹੈ ਡਰਾਈਵਰ ਨੇ ਦੌਰਾਨ ਤੇ ਅਗਵੀ ਦਾ ਡਰਾਈਵ ਕਰਨ ਦੌਰਾਨ ਯਾਨੀ ਕਿ ਪੋਸਚੂਰਾ ਤੁਹਾਡਾ ਇੱਕ ਪੋਜੀਸ਼ਨ ਹੋਣੀ ਚਾਹੀਦੀ ਹੈ ਪੋਜੀਸ਼ਨ ਹੈ ਜਿਹੜੀ ਕਿ ਤੁਸੀਂ ਡਰਾਈਵ ਕਰਨ ਦੇ ਦੌਰਾਨ ਤੁਹਾਨੂੰ ਰੱਖਣੀ ਚਾਹੀਦੀ ਹੈ ਤੇ ਅਸੀਂ ਪੜਾਂਗੇ ਹੁਣ ਪੋਸਚੂਰ ਦੇ ਬਾਰੇ ਹੀ ਕੋਰਪੋਸਚੂਰਾ ਕੋਰੈਕਟ ਤਾਲਗਵਿਦਾ ਕੋਰੈਕਟ ਪੋਸਚੂਰਾ ਜਿਹੜਾ ਡਰਾਈਵ ਕਰਨ ਦੇ ਦੌਰਾਨ ਠੀਕ ਹੈ ਯਾਨੀ ਕਿ ਤੁਹਾਨੂੰ ਕੋਰੈਕਟ ਤਰੀਕੇ ਨਾਲ ਸਹੀ ਤਰੀਕੇ ਨਾਲ ਕਿਵੇਂ ਬੈਠਾ ਹੋਣਾ ਚਾਹੀਦਾ ਠੀਕ ਹੈ ਜਿਹਦੇ ਵਿੱਚ ਲਾਜ਼ਮੀ ਹੈ ਥੋੜੇ ਜਿਨੇ ਹੱਥ ਔਰ ਥੋੜੇ ਜਿਨੇ ਪੈਰ ਜਿਹੜੇ ਹਲਕੇ ਜਿਵੇਂ ਬੈਂਡ ਹੋਣੇ ਚਾਹੀਦੇ ਨੇ ਔਰ ਪਲੱਸ ਜਿਹੜੇ ਵੀ ਬਟਨ ਵਗੈਰਾ ਲੇਵੇ ਵਗੈਰਾ ਔਰ ਬ੍ਰੇਕ ਤੇ ਪੈਡਲ ਸ਼ੈਡਲ ਜੀ ਉਹ ਸਭ ਮਾਤੇ ਤੁਹਾਡਾ ਆਸਾਨੀ ਨਾਲ ਐਕਸੈਸ ਹੋਵੇ ਠੀਕ ਹੈ ਪੀ ਕੰਡ ਦੀ ਜਿਹੜੀ ਪਿੱਛੇ ਨਾਲ ਲੱਗੀ ਹੋਣੀ ਜਿਹੜੀ ਸ

ਕੁਝ ਚੰਦ ਯਾਦ ਨੇ ਪ੍ਰੋਵੀਜ਼ਿਓਨ ਇਹ ਰੋਕਦੇ ਅਲਕੂ ਨੇ ਮਲਤੀਏ ਪ੍ਰੋਫੈਸ਼ਨਲ ਕੁਝ ਕਿਸਮ ਦੀਆਂ ਬਿਮਾਰੀਆਂ ਜਿਹਨੀਆਂ ਪ੍ਰੋਫੈਸ਼ਨਲ ਡਰਾਈਵਰਾਂ ਨੂੰ ਆਉਂਦੀਆਂ ਨੇ ਉਹਨਾਂ ਤੋਂ ਰੋਕਦੇ ਦਰ ਉਸੇੰਤੇ ਵੇਰ ਹੋਇਆ ਇੱਕ ਹੀ ਮੈਂ ਰੋਕਦੇ ਜੀ ਉਸ ਤੁਰਾ ਕਰਤਾ ਹੁੰਦਾ ਨਾ ਮੰਨ ਲਓ ਤੁਸੀਂ ਫਿਰ ਐਗਜ਼ਾਮਪਲ ਤੁਸੀਂ ਸਾਰੀ ਜ਼ਿੰਦਗੀ ਕੰਢ ਆਪਣੀ ਕਮਰ ਜਿਹੜੀ ਉਹ ਝੁਕਾ ਕੇ ਚੱਲਦੇ ਹੋ ਤੁਹਾਡੀ ਰੀਡ ਦੀ ਹੱਡੀ ਜਿਹੜੀ ਝੁੱਕਦੀ ਰਹੇਗੀ ਨਾ ਠੀਕ ਹੈ ਉਹ ਤੁਹਾਨੂੰ ਥੋੜਾ ਬੈਂਡਰ ਹੋਵੇਗਾ ਇਹ ਤੁਹਾਨੂੰ ਬੈਂਡ ਮਮਕਨ ਹੈ ਜੇ ਤੁਸੀਂ ਸਾਰੀ ਜ਼ਿੰਦਗੀ ਤੁਸੀਂ ਇਦੇ ਤੇ ਬੈਂਡਦੇ ਹੋ ਥੋੜਾ ਜਿਹਾ ਝੁਕਾ ਕੇ ਝੁਕਾਉ ਰੱਖ ਕੇ ਆਪਣ ਤੇ ਇਹ ਤੁਹਾਨੂੰ ਤਕਲੀਫ ਹੋ ਮمكن ਹੈ ਸੂਬੀਦ ਉਸ ਟਮਨਾ ਹੋਵੇ ਹੋ ਸਕਦਾ ਤੁਹਾਨੂੰ ਇੱਕ ਤਕਲੀਫ 15 ਸਾਲ ਬਾਅਦ 10 ਸਾਲ ਬਾਅਦ 20 ਸਾਲ ਬਾਅਦ ਹੋਵੇ ਲੇਕਿਨ ਕਿਉਂਕਿ ਪ੍ਰੋਪਰ ਜਿਹੜਾ ਕਰੈਕਟ ਪੋਸਚਰ ਨਹੀਂ ਹੈ ਤੁਹਾਡਾ ਠੀਕ ਹੈ ਉਹਦੇ ਕਰਕੇ ਜੇ ਤੁਸੀਂ ਕਰੈਕਟ ਤਰੀਕੇ ਨਾਲ ਨਾ ਬੈਠੋਗੇ ਉਹਦੇ ਨਾਲ ਚਾਂਸਸ ਘਟ ਜਾਂਦੇ ਨੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੀਆਂ ਤਕਲੀਫਾਂ ਦੇ ਠੀਕ ਹੈ ਯਾਨੀ ਕਿ ਤੁਸੀਂ ਹੋਰ 5 ਸਾਲ 10 ਸਾਲ ਕੱਢੋਗੇ ਜੇ ਤੁਸੀਂ ਇਹ ਚੀਜ਼ਾਂ ਦਾ ਇਤਿਆਹਾਤ ਨਾ ਕਰੋ ਤੇ ਇਹ ਤੁਹਾਨੂੰ ਮੌਮਕਨ ਹੈ ਸੂਭੀ ਤੋਂ ਨਾ ਅਸਰ ਹੋਵੇ ਲੇਕਿਨ ਕੁਛ ਸਾਲਾਂ ਬਾਅਦ ਜ਼ਰੂਰ ਅਸਰ ਹੁੰਦਾ ਇਹਨਾਂ ਚੀਜ਼ਾਂ ਦਾ ਠੀਕ ਹੈ ਕਮਰ ਦਰਦ ਇਹ ਉਹ ਇਦਾਂ ਚੀਜ਼ਾਂ ਔਰ ਬਾਕੀ ਵੀ ਕਈ ਕਿਸਮ ਦੀਆਂ ਬਿਮਾਰੀਆਂ ਤੁਸੀਂ ਪ੍ਰੋਵੀਜ਼ਿਓਨੇ ਦੇ ਦੇਲਕੁਨੀ ਮਲੇਟਿਏ ਪ੍ਰੋਫੈਸ਼ਨਲੇ ਕਈ ਕਿਸਮ ਦੀਆਂ ਬਿਮਾਰੀਆਂ ਜਿਹਨੀਆਂ ਪ੍ਰੋਫੈਸ਼ਨਲ ਡਰਾਈਵਰਾਂ ਨੂੰ ਹੁੰਦੀਆਂ ਨੇ ਉਹਨਾਂ ਤੋਂ ਬਾਝ ਸਕਦਾ ਦਰਸੇਮ ਪੇਪਰ ਹੋਇਆ ਉਹਨਾਂ ਪੋਸਚੂਰਨ ਨੂੰ ਕੋ ਰਹਿਤਾ ਇੱਕ ਪੋਸਚੂਰ ਜੇ ਕੋਰੈਕਟ ਨਹੀਂ ਹੈ ਅਲਗਵੀ ਦਾ ਡਰਾਈਵਿੰਗ ਦੌਰਾਨ ਪੋ ਕੰਪੋਰਟਾਰੇ ਊਨਾ ਸਫੋਰਜ਼ੋ ਐਕਸੈਸਿਵੋ ਏਕਨੇ ਵਜਾ ਮਾਰਸੀ ਦਾ ਸਫੋਰਜ਼ੋ ਐ ਜ਼ਿਆਦਾ ਸਖਤ ਦਬਾਅ ਦੀ ਵਾਜਾ ਬਣ ਸਕਦਾ ਹੈ ala articolazione articolazioni ਜਿਵੇਂ ਕਿ ਜੋੜਾਂ ਵਗੈਰਾ ਦੇ ਦਰਦ ਨੂੰ ਕਹਿੰਦੇ ਜੋੜਾਂ ਦੇ ਦਰਦ ਨੂੰ ਜ਼ਿਆਦਾ ਇਹ ਬਣ ਸਕਦਾ ਹੈ ਇਹ ਦੇ ਟੈਂਡਿਨੀ ਦਾ ਦੇ ਮਸਕੂਲੀ ਹੋਰ ਜਿਹੜਾ ਕਿ ਖਿਚਾਓ ਪੈਦਾ ਕਰਕੇ ਰੱਖਦਾ ਹੈ ਮਸਲਜ਼ ਵਗੈਰਾ ਦੇ ਵਿੱਚ ਵੀ ਜੋੜਾਂ ਨੂੰ ਮਸਲਜ਼ ਨੂੰ ਇਹ ਦੀ ਗੱਲ ਹੈ ਜੋ ਕੋਰੇਟਾ ਪੋਸtura ਨਾ ਹੋਵੇਗਾ ਤੇ ਇਹ ਗੱਲ ਹੈ ਇਹ ਪ੍ਰੋਬਲਮਾਂ ਹੋਣਗੀਆਂ ਦਰਸ ਕਿੰਪੇਵਰ ਹੋਇਆ ਉਹਨਾਂ ਪੋਸtura ਨਾ ਨੋਨ ਕੋਰੇਟਾ ਇੱਕ ਪੋਸtura ਜਿਹੜਾ ਕੋਰੈਕਟ ਨਹੀਂ ਹੁੰਦਾ ਲਗੀ ਵਿਦ ਡਰਾਗਨਦਰਾ ਨੂੰ ਪੋ ਕੰਪੋਰਟਾਰੇ ਡਾਨੀ ਤੇ ਵਜਾ ਮਾਨਸਕ ਦੇ ਨੁਕਸਾਨ ਦੀ ਕਾਰੀ ਕੋਦਲ ਕੋ ਲਾਣਾ ਵਰਟੀਬਰਲ ਜਿਹੜਾ ਕਿ ਵਜ਼ਨ ਬਣਦਾ ਕੱਲਾਣਾ ਵਰਟੀਬਰਲ ਤੇ ਕੋਲਨ ਵਰਟੀਬਰਲ ਜਿਹੜੀ ਕਮਰ ਦੀ ਰੀੜ ਦੀ ਹੱਡੀ ਹੁੰਦੀ ਹੈ ਇਦਰ ਉਸ ਕੇਮਪੇ ਹੋ ਰਿਹਾ ਹੈ ਦੋਨੋਂ ਹੀ ਨੁਕਸਾਨ ਹੁੰਦਾ ਨਾ ਜੇ ਜੇ ਲੰਬੇ ਟਾਈਮ ਲਈ ਜੇ ਤੁਸੀਂ ਕਰੈਕਟ ਪੋਸਚੁਰਾ ਤੁਹਾਡਾ ਨਾ ਹੋਵੇ ਤੇ ਠੀਕ ਹੈ ਜਿਹੜੀ ਪੋਜੀਸ਼ਨ ਹੁੰਦੀ ਤੁਹਾਡੀ ਉਹਨਾਂ ਪੋਸਚੁਰਾ ਕੋਰੈਕਟਾ ਕੋਰੈਕਟ ਪੋਸਚੁਰਾ ਜਿਹੜਾ ਕੰਸੈਂਟ ਜਿਆਜ਼ ਦਿੰਦਾ ਹੈ চালক ਕੰਡੂਚੈਂਟ ਦੇ ਡਰਾਈਵਰ ਨੂੰ ਦੀ ਰਿਡੂਰੇ ਅਫਾਟੀਕAMENTE ਲੇ ਗੁਈਡਾ ਕੇ ਦਬਾਓ ਹੁਣਾ ਤਕਲੀਫ ਤੇ ਹੁਣਾ ਯਾਨੀ ਕਿ ਡਰਾਈਵ ਕਰਨ ਦੌਰਾਨ ਉਹਦੇ ਤੋਂ ਥਕਾਵਟ ਤੋਂ ਬਚਾਉਂਦਾ ਹੈ ਰਿਡੂਰੇ ਕੱਟ ਕਰਦਾ ਹੈ ਦਰੁਸ ਕਿੰਦੇ ਪਰ ਹੋਇਆ ਪੋਸਚੂਰਾ ਦਲ ਕੰਡੂਚੈਂਟ ਜਿਹੜਾ ਪੋਸਚੂਰਾ ਹੈਗਾ ਡਰਾਈਵਰ ਦਾ ਕੋਰੈਟਾ ਕੋਰੈਕਟ ਹੋਵੇ ਤੇ ਕਿੰਨੇ ਵੀ ਜੀ ਕੋਰੈਕਟ ਪੋਸਚੂਰਾ ਹੋਵੇ ਡਰਾਈਵਰ ਦਾ ਕੰਪੋਰਟਾ ਜੇ ਇਹਦੇ ਚ ਸ਼ਾਮਲ ਹੈ ਉਹਨਾ ਅਫਤਿਕਮੈਂਟ ਦੇਲਾ ਆਰਤੀ ਇਨਫਰੀਓਰੀ ਕਿਨ ਇਹਦੇ ਸ਼ਾਮਲ ਹੈ ਕਿ ਆਰਤੀ ਇਨਫਰੀਓਰੀ ਜਿਹੜਾ ਜਿਸਮੰਦੇ ਦੇ નીચે ਵਾਲੇ ਜ਼ਾਨ ਹੈ ਨਾ ਉਹਨਾਂ ਨੂੰ ਸ਼ਾਮਲ ਹੈ ਅਫਤਿਕਮੈਂਟ ਉਹਨੇ ਕੋ ਨ ਤਕਾਵਟ ਵਗੈਰਾ ਹੋਵੇਗੀ ਮਾਨਨ ਕੁਆਲੀ ਸੁਪਰੀਓਰੀ ਲੇਕਿਨ ਉਤਲੇ ਅਜ਼ਾਜ ਜਿਹੜੇ ਨਾ ਉਹਨਾਂ ਨੂੰ ਤਕਾਵਟ ਨਹੀਂ ਹੋਣ ਲਗੀ ਗਲਤ ਗੱਲ ਕਿਨ ਪੇ ਫਾਲਸ ਹੋਇਆ ਪੂਰੇ ਜਿਸਮ ਤਕਾਵਟ ਨਹੀਂ ਇਸ ਸਰਕੇ ਫਾਲਸ ਹੋਈ ਉਹਨਾਂ ਪੋਜੀਸ਼ਨਾਂ ਦੀ ਗੀਦਾ ਇੱਕ ਪੋਜੀਸ਼ਨ ਇਹ ਡਰਾਈਵ ਕਰਨ ਸਿਕਰੇਤਾ ਕੌਰੈਕਟ ਹਨ ਨਹੀਂ ਕੌਰੈਕਟ ਸਿਕਰੇਤਾ ਯਾਨੀ ਕਿ ਕੌਰੈਕਟ ਨਹੀਂ ਹੈ ਵੀ ਯਾਨੀ ਕਿ ਗਲਤ ਪੋਜੀਸ਼ਨ ਹੈ ਜੀ ਤੁਹਾਡੇ ਡਰਾਈਵ ਕਰਨ ਦੌਰਾਨ ਕੰਪੋਰ ਦਾ ਅਫਤਿਕਮੈਂਟੇ ਕੰਨਨ ਸ਼ਾਮਲ ਹੈ ਇਹਦੇ ਵਿੱਚ ਟਕਾੜ ਵਗੈਰਾ ਹੋਣੀ ਸਕੇਲੈਟਰੀ ਕੋ ਮਾ ਨੋਨ ਕੁਆਲੇ ਮਸਕੂਲਰ ਦਲੇ ਕੰਨੇ ਦੇ ਵਿੱਚ ਅ ਟਕਾੜ ਵਗੈਰਾ ਹੋ ਸਕਦੀ ਹੈ ਤੁਹਾਡੇ ਸਕੇਲੈਟਰੀ ਗੋਨ ਨੂੰ ਲੇਕਿਨ ਨੋਨ ਕੁਆਲੇ ਦਲੇ ਮਸਕੂਲਾਰੇ ਦਲੇ ਕੰਦੂ ਕੰਦੂ ਚੈਂਤੇ ਕੈਨ ਡਰਾਈਵਰ ਦੇ ਲੇਕਿਨ ਮਸਲਸ ਵਗੈਰਾ ਨੂੰ ਲੈ ਕੇ ਜਦ ਹੀ ਗੱਲ ਹੈ ਜਦ ਖਿਚਾਓ ਵਗੈਰਾ ਹੋਵੇਗਾ ਸਹੀ ਕੋਰੈਕਟ ਨਹੀਂ ਹੈ ਬਸ ਪੋਸਚੂਰਾ ਤੇ ਜਿਹੜੀ ਗੱਲ ਹੈ ਤੁਹਾਡੇ ਮਸਲਸ ਵਗੈਰਾ ਨੂੰ ਵੀ ਪ੍ਰੋਬਲਮ ਹੋਈ ਇਸ ਕਰਕੇ ਗਲਤ ਕੈਨ ਬੀ ਫਾਲਸ ਹੋਇਆ ਐਗੈਨ ਬੇ ਬਲੈਕ ਕੋਰੇਟਾ ਪੋਸਚੂਰਾ ਦੀ ਗਿਵਿਦਾ ਕੋਰੈਕਟ ਪੋਸਚੂਰਾ ਦੀ ਗਿਵਿਦਾ ਜਿਹੜਾ ਕਨਸੈਂਟਰ ਜਿਆਸੰਦੇ ਐਲ ਕੰਦੁਚੈਂਟ ਡਰਾਈਵਰ ਨੂੰ ਕਨਸੈਂਟਰ ਕੰਦੁਚੈਂਟ ਦੀ ਰਿਡੂਰੇ ਉਜ਼ੋ ਦਲ ਕਾਂਬਿਓ ਵਿਕ ਕਾਰਟਿ ਇਸਤਮਾਲ ਕਰੋ ਗੈਰਨ ਗਲਤ ਇੰਫਾਲਸ ਹੈ ਗੈਰ ਕਾਟ ਨੂੰ ਕਾਰਟ ਇਸਤੇਮਾਲ ਕਰਨਾ ਕੋਰੇਤਾ ਪਸੂਰਾ ਤੋਂ ਇਹਦੇਮ ਰਾਤ ਕੇ ਗੈਰ ਕਾਟ ਇਸਤੇਮਾਲ ਕਰ ਗਲਤੀ ਨੇ ਪਾਲਸ ਹੋਇਆ ਗੈਰ ਤਾਂ ਜ਼ਰੂਰਤ ਦੇ ਲੋਰ ਤੈਦ ਇਸਤੇਮਾਲ ਕਰਨਾ ਹੁੰਦਾ ਠੀਕ ਹੈ ਅਗੇ ਨਾਲ ਕਰਤਕ ਬਸੂਰਜ ਰਾਇ ਦੀ ਉਹ ਨਗਵੀ ਦਾ ਕੋਰਕ ਪਸੂਰਜ ਜਿਹੜਾ ਡਰਾਈਵ ਕਰ ਰਿਹਾ ਨਾ ਕੌਨਸੇ ਹੇਤ ਕੰਡੂਜਨ ਜਿਆਦਾ ਨਾਲ ਡਰਾਈਵ ਨੂੰ ਦੀ ਇਹ ਦਿੱ ਤਰਜੀਹ ਰੇ ਦਰੋਗਾਰੀ ਸੋਰੀ ਦਰੋਗਾਰੀ ਦਰਜੇ ਨਹੀਂ ਦਰਰੋਗਾਰੇ ਦੇ ਦਰੋਗਾਰੇ ਉਹਦਾ ਖਲਾਬਰ ਦੀ ਕਰਨਾ ਕਣੇ ਕੋਰੈਕਟ ਪੋਸਚੂਰਾ ਜੇ ਲਾਣਾ ਜਿਆਦਾ ਨਾ ਡਰਾਈਵਰ ਨੂੰ ਦੀ ਖਲਾਫ ਵਰਜੀ ਕਰ ਸਕਿਆ ਨਰਮਾਤੀ ਵਜਰੇ ਕਾਨੂੰਨ ਨੇ ਮੇ ਤੇਰੀ ਅਧਿਕ ਵੀ ਦਾ ਦੀ ਰੀਪੋਜ਼ੋ ਐ ਟੈਂਪੋ ਦੀ ਗੁਈਦਾ ਟੈਂਪੋ ਦੇ ਰੀਪੋਜ਼ੋ ਜਿਹੜਾ ਨਾ ਉਹ ਦੇ ਦਰਮਿਆਨ ਤੁਸੀਂ ਉਹਦੀ ਖਲਾਫ ਵਰਜੀ ਕਰ ਸਕਦੇ ਹੋ ਗਲਤੀ ਨਹੀਂ ਫਾਲਸ ਹੋਇਆ ਇੱਕ ਕਾਨੂੰਨ ਨੂੰ ਫਾਲੋ ਕਰਨਾ ਇਹ ਨਹੀਂ ਇੱਕ ਦੂਜੇ ਕਾਨੂੰਨ ਨੂੰ ਖਲਾਫ ਵਰਜੀ ਕਰ ਲੋ ਫਾਲਸੋ ਲਓ ਕੋਰੈਕਟ ਪੋਸਚੂਰਾ ਜੇ ਲਾਣਾ ਕੋਰੈਕਟ ਪੋਸਚੂਰਾ ਹੈਗਾ ਠੀਕ ਹੈ ਜੀ ਇਹ ਦੀ ਗੁਈਦਾ ਡਰਾਈਵ ਕਰਨਾ ਕੌਨਸੈਂਟੇ ਜਿਆਦਾ ਨਾ ਕੰਦੂਚਾਂ ਤੇ ਡਰਾਈਵਰ ਨੂੰ ਦੀ ਨੋਨ ਉਤਲਿਜ਼ਾਰੇ ਸਪੈਕਿਓ ਰੈਟਰੋਵਿਜ਼ੋਰੀ ਡੈਸਟਰੋ ਪਿੱਚੇ ਵਾਲਾ ਸੱਜੇਲਾ ਸੀਟ ਨੂੰ ਤੁਸੀਂ ਇਸਤੇਮਾਲ ਕਰੋ ਫਜ਼ੂਲ ਤਰੀਨ ਗੱਲ ਕੀ ਨਿਕਲ ਕੇ ਨਫਾਲ ਹੋਇਆ ਸ਼ੀਸ਼ਾ ਕਿਉਂ ਨਾ ਇਸਤੇਮਾਲ ਕਰੋ ਇਹ ਵੀ ਠੀਕ ਹੈ ਸ਼ੀਸ਼ਾ ਤਾਂ ਲੋੜ ਤਾਂ ਇਸਤੇਮਾਲ ਕਰ ਹੀ ਦੇਈਏ ਨਾ ਇਸ ਕਰਕੇ ਫਾਲਸ ਹੋ ਕੋਰੈਕਟ ਬਸ ਤੁਰਾ ਹੁੰਦਾ ਕੋਰੈਕਟ ਬਸ ਤੁਰਾ ਹੁੰਦਾ ਵੀ ਸ਼ੀਸ਼ਾ ਤੁਸੀਂ ਸਾਰੇ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕੋ ਅੱਗੇ ਜੀ ਰੈਗੂਲੇਸ਼ਨ ਦੇ ਰੈਗੂਲਾਜ਼ਿਓਨੇ ਦੀ ਸੀਟ ਯੇਸ ਰੈਗੂਲੋ ਕਰਨਾ ਸੀਟ ਨੂੰ ਠੀਕ ਹੈ ਜੀ ਰੈਗੂਲਰ ਤੁਸੀਂ 20 ਵਾਰੀ ਕੀਤੀ ਹੋਣੀ ਹੈ ਸੀਟ ਆ ਆਪਣਾ ਬੀਵੀ ਵਿੱਚ ਸੀ ਵੀ ਵਿੱਚ ਠੀਕ ਹੈ ਇਹ ਤੁਹਾਡੇ ਲਈ ਕੁਐਸਚਨ ਈਜ਼ੀ ਹੋਣਾ ਚਾਹੀਦੇ ਨੇ ਉਹਨਾਂ ਕਰੋ ਤਪਸਤੇਰਾ ਇੱਕ ਕਰੈਕਟ ਸੀਟ ਜਿਹੜੀ ਹੈ ਪਸਤੂਰਾ ਜਿਹੜਾ ਹੈ ਡਰਾਈਵਰ ਦਾ ਕੰਪੋਰ ਦਾ ਸ਼ਾਮਲ ਹੈ ਕਿ ਬੂਸਤੋ ਰੈਸਤੀ ਰਾਟੋ ਜਿਸਮ ਤੋਰਾ ਸਿੱਧਾ ਰੋਵੇ ਬੂਸਤੋ ਜਿਹੜਾ ਜਿਸਮ ਤੁਹਾਡਾ ਉਹ ਰੈਸਤੀ ਇਰੈਟ ਇਰੇਟੋ ਯਾਨੀ ਕਿ ਤੁਹਾਡਾ ਜਿਸਮ ਜਿਹੜਾ ਉਹ ਸਿੱਧਾ ਰਹਿਣਾ ਚਾਹੀਦਾ ਦੌਰਾਨ ਤੇ ਲੱਗਦਾ ਡਰਾਈਵ ਕਰਨ ਦਾ ਇੰਗੇ ਸੱਜੇ ਕੱਬੇ ਲਟਕਿਆ ਨਾ ਹੋਵੇ ਵੀ ਠੀਕ ਹੈ ਕਿਉਂਕਿ ਤੁਹਾਨੂੰ ਦੱਸਿਆ ਕਿ ਲੰਬੇ ਟਾਈਮ ਲਈ ਜੇ ਤੁਸੀਂ ਜੇ ਤੁਸੀਂ ਥੋੜੀ ਦੇਰ ਲਈ ਆਪਣੇ ਕਮਰ ਦੇ ਵਿੰਗ ਹੀ ਰੱਖਦੇ ਹੋ ਨਾ ਤਾਂ ਉਹ ਉਹ ਚੱਲ ਜਾਂਦਾ ਹੈ ਜੇ ਤੁਸੀਂ 10 ਲੰਬੇ ਟਾਈਮ ਲਈ ਤੁਸੀਂ ਕੰਮ ਕਰਦੇ ਹੋ ਉਸ ਕਮਰ ਆਪਣੀ ਜਿਹੜੀ ਹੈ ਉਹ ਪੈਂਡ ਕਰਕੇ ਰੱਖੋਗੇ ਤੇ ਯਾਨੀ ਕਿ ਪ੍ਰੋਪਰ ਪੋਸਚੁਰਾ ਨਾ ਹੋਵੇਗਾ ਤੇ ਫਿਰ ਉਹ ਕੁਝ ਕਈ ਸਾਲਾਂ ਬਾਅਦ ਤੁਹਾਨੂੰ ਨੁਕਸਾਨ ਦੇ ਸਕਦਾ ਹੈ ਠੀਕ ਹੈ ਇਸ ਕਰਕੇ ਇਹ ਕੁਐਸਚਨ ਦਰਸ ਕੇ ਨਵੇਂਗੇ ਕਰਤ ਪਸਤੁਰਾ ਕੰਬੋਤਾ ਬੂਸਤੋ ਸ਼ਾਮਲੇ ਕਰਤ ਕਰਤ ਪਸਤੁਰੇ ਸ਼ਾਮਲੇ ਕੇ ਬੂਸਤੋ ਜਿਹੜਾ ਨਾ ਰੈਸਤੀ

ਦਿਸ ਟੈਂਡੇਰੇ ਲਾ ਗਾਂਬੇ ਕੰਪਲੀਟਮੈਂਟਲੀ ਕੰਪਲੀਟਲੀ ਤੁਸੀਂ ਸਿੱਧੀ ਘਾ ਲੱਤ ਪਰ ਅਜ਼ਿਨਾਰੀ ਪੈਡਲੀ ਵੀ ਪੈਡਲ ਜਿਹੜਾ ਉਹ ਆਨ ਕਰ ਲੈ ਦੇਖੋ ਜੀ ਕੰਪਲੀਟਲੀ ਸਿੱਧੀ ਕਰਨੇ ਦੀ ਲੋੜ ਨਹੀਂ ਹੁੰਦੀ ਐ ਵੀ ਕਰੇ ਤਪਸਤੂਰਾ ਵਿੱਚ ਠੀਕ ਹੈ ਦੇਖ ਕੇ ਇਹ ਗਲਤ ਕਰਨ ਬੇ ਫਾਲਸ ਹੋਇਆ ਜਿਹੜੇ ਗਾਂਬੇ ਨਾ ਲੱਤਾਂ ਦੇ ਬਾਰੇ ਵੀ ਕਿੱਥੇ ਆਉਣੀ ਚਾਹੀਦੀਆਂ ਲੱਤਾਂ ਇਸ ਤੋਂ ਅਗਲਾ ਅਸੀਂ ਕੁਐਸਚਨ ਨੇ ਉਹ ਉਹ ਪੜ੍ਹਨੇ ਨੇ ਤੇ ਉਹ ਵੀ ਪੜ੍ਹਾਂਗੇ ਪਹਿਲਾ ਕੁਸਤ ਕਰੇ ਤਪਸਤੂਰਾ ਨਾਲ ਇਹ ਕਹਿੰਦੇ ਨੇ ਬੇ ਕਿ ਕੰਪਲੀਟਲੀ ਤੁਸੀਂ ਅਜ਼ ਯੂਨਾਰੋ ਕਰ ਸਕੋ ਪੈਦਾਲੀ ਪੈਡਲ ਵਗੈਰਾ ਗਲਤ ਗਿੰਫਾਲਸ ਹੋਇਆ ਜਿਉਂ ਕਿ ਤੁਹਾਨੂੰ ਵਿੱਚ ਪੈਲੇ ਦਾ ਚੁਕਿਆ ਜਾਂ ਤੁਸੀਂ ਬੈਠਦੇ ਹੋ ਸੀਟ ਦੇ ਉੱਤੇ ਤੇ ਤੁਹਾਡੇ ਥੋੜੀ ਹਲਕੀ ਜਿਹੀ ਬੈਂਡ ਹੋਣੀ ਚਾਹੀਦੀ ਨੇ ਲੱਤਾਂ ਵੀ ਤੇ ਹਲਕੇ ਜਿਹੇ ਬੈਂਡ ਹੋਣੇ ਚਾਹੀਦੇ ਨੇ ਬਾਹਾਂ ਵੀ ਠੀਕ ਹੈ ਕਿ ਤੁਸੀਂ ਆਰਾਮ ਨਾਲ ਉਹਨਾਂ ਕੋਲ ਇਸਤੇਮਾਲ ਯੂਜ਼ ਕਰ ਸਕੋ ਠੀਕ ਹੈ ਇਸ ਕਰਕੇ ਗਲਤ ਗਿੰਫਾਲਸ ਹੋਇਆ ਕਿਰ ਤਾਂ ਪੋਸਟੂਰ ਦਾ ਲਗਨ ਦੂਜਾ ਪੋਸਟੂਰ ਡਰਾਈਵਰ ਦਾ ਕੋਰੈਕਟ ਕੋਰੈਕਟ ਜਿਵੇਂ ਸੇ ਦੌਰਾਨ ਲਗਵੀ ਦਾ ਡਰਾਈਵਰ ਜਿਨੋ ਕੀ ਜਿਹੜੇ ਗੋਡੇ ਨੇ ਬੰਦੇ ਦੇ ਨੀ ਤੋਕਾ ਨੂੰ ਲਈ ਬਲਾਂ ਤੇ ਵੀ ਟੱਚ ਕਰਨ ਬਲਾਂ ਤੇ ਜਿਹੜਾ ਜਿਹਨੋ ਕੀ ਟੱਚ ਕਰੇ ਬਲਾਂ ਤੇ ਗੇਅਰ ਨੂੰ ਗਲਤ ਕਿਨ ਫਾਲਸ ਹੋਇਆ ਗੇਅਰ ਨੂੰ ਟੱਚ ਕਰਨ ਵਾਲਾ ਕੋਈ ਕਨਸੈਪਟ ਨਹੀਂ ਹੈ ਵੀ ਵੀ ਗੇਅਰ ਨੂੰ ਜਿਹੜੇ ਨੇ ਗੋਡੇ ਟੱਚ ਕਰਨ ਗਲਤ ਕਿਨ ਫਾਲਸ ਹੋਇਆ ਲਾ ਪੋਸਟੂਰਾ ਦਲ ਕੰਦੂ ਜਿਹੜਾ ਪੋਸਟੂਰਾ ਡਰਾਈਵਰ ਦਾ ਕੋਰਾ ਤਾਂ ਕੋਰਾ ਕਿਹਾ ਹੋਇਆ ਸੇ ਦੌਰਾਨ ਤੇ ਅਗਰ ਡਰਾਈਵ ਕਰਨ ਦੌਰਾਨ ਲਾ ਸਕੇਨਾ ਜਿਸ ਤੱਕ ਦਲ ਸਕੇਨਾ ਲੇ ਇਹ ਨਾਲੇ ਹੁੰਦਾ ਜਿਹੜਾ ਕਿ ਸੀਟ ਦਾ ਹੁੰਦਾ ਨਾ ਜਿਹੜੀ ਜਿੱਥੇ ਕੰਨ ਲਾਣੀ ਹੁੰਦੀ ਹੈ ਕਹਿੰਦੇ ਸਕੈਨ ਜਿਹੜੀ ਆ ਉਦੋਂ ਦਿਸਕ ਦਾ ਦਿਸ ਤੱਕ ਆ ਯਾਨੀ ਕਿ ਟੱਚ ਨਹੀਂ ਹੋਣੀ ਚਾਹੀਦੀ ਦੇ ਨਾਲ ਦੇਖੋ ਜੀ ਜਿਹੜੀ ਉਹ ਸੀਟ ਜਿਹੜੀ ਹੁੰਦੀ ਹੈ ਨਾ ਉਹ ਆਰਾਮ ਦੇ ਵੀ ਹੁੰਦੀ ਹੈ ਔਰ ਉਹਦੇ ਨਾਲ ਪ੍ਰੋਪਰ ਕੁਰਤੇ ਪਸਤੂ ਰਿਕਰੈਕਟ ਪਸਤੂ ਰ ਆਵੇ ਨਾ ਤਾਂ ਉਹਦੇ ਨਾਲ ਪ੍ਰੋਪਰ ਟੱਚ ਹੋਣੀ ਚਾਹੀਦੀ ਹੈ ਉਤੋਂ ਪੇ ਜੀ ਇਤੋਸਤਾ ਥੋੜਾ ਜਿਨਾ ਅੱਗੇ ਹੋਣਾ ਚਾਹੀਦਾ ਜ਼ਿਆਦਾ ਅੱਗੇ ਨਹੀਂ ਥੋੜਾ ਜਿਨਾ ਅੱਗੇ 10 ਸੈਂਟੀਮੀਟਰ ਠੀਕ ਹੈ ਇਸ ਕਰਕੇ ਵੀ ਗਲਤੀ ਕਿਨ ਫਾਲਸ ਹੋਇਆ ਲਾ ਪਸਤੂਰਾ ਡੇਲ ਕੋਂਡੂਚੀਐਂਦੇ ਜਿਹੜਾ विदा इल बुस्टो ओडिरा जिसेमे इनक्लिनटा इन अवंती ओ आगे अगली साइड ते इनक्लिन आता यानी कि चुके होना चाहिए। ਗਲਤੀ ਇਨ ਫਾਲਸੋ ਮੈਂ ਤੁਹਾਨੂੰ ਹੁਣੇ ਹੀ ਸਮਝਾਉਂਦਾ ਪਿਆ ਚੁਕੇਆ ਨਹੀਂ ਹੋਣਾ ਚਾਹੀਦਾ ਜਿਸਮੇ ਵੀ ਫਾਲਸੋ। ਲੋ ਜੀ ਅੱਗੇ ਆ ਕੇ ਸਰਕਲ ਪੋਜੀਸ਼ਨ ਹੈ। ਨਹੀਂ ਅਜੇ ਦੇ ਨਹੀਂ ਕੁਐਸਚਨ। ਇਹ ਕਹਿੰਦੇ ਕੰਦੂਚੇਨ ਤੇ ਹਾਂ ਅਸੂਨ ਤੋਨੋ ਕੋ ਰੇਤਾ ਪੋਸਟੂਰਾ ਜੇਦੇ ਉਹਨੇ கரੈਕਟ ਪੋਸਟੂਰਾ ਦੀ ਖਿਦਮਾਤਾਂ ਸਿੱਖਦੇ ਯੂਜ਼ ਯੂਜ਼ ਕਰਦਾ ਵੇ ਕੋਰੈਕਟ ਪੋਸਟੂਰਾ quando la schiena appoggiata jad skena todi kand jdi o pojia re hoye ye hoye skenal dal se dile je ras kena todi kand jdi na o je da sheet e na ude nal laggi hoye appojia re hunde te paye te fir kene correct toda pastura hoye adru same be vair hoya agge kene be la correct pastura j la correct pastura hage di givi da driver da nal dil kandu chana driver se o tieni रेगुलन दोला पोजीशन ने मसाव के कुछ रेगुलर ग्रुप पोजीशन देला से दिए से दिए दी क्वेश्चन दरोस है लिखिया फाल्स हो द क्वेश्चन है दरोस है ठीक है इस करके ए बी वेरोसी क्वेश्चन सारा गुआस के आल्डोरा थोड़ा जिना के è che ne vede che specchio trevisori oggi è testa corretta postura posizione di gambe è legge question si sarà data ed eterna è questione agli vero La corretta postura è la corretta postura. Il conducente è regolando, la regola, la posizione del sedia, sedia, position. Bruce Campi Veroia. La posizione del gambe è la posizione di latandi, di la la postura, consente la postura di raggiungere il conducente senza distendere completamente la gamba. ਕੰਨਪੇ ਡਰਾਈਵਰ ਜਿਹੜਾ ਨਾ ਅਜਿਹਾ ਨਾ ਰਿਹਾ ਪੈਡਲ ਨੂੰ ਯਾਨੀ ਕਿ ਪੈਡਲਾਂ ਦਾ ਇਸਤੇਮਾਲ ਕਰੇ ਸੈਂਸ ਅਦਿਸਤ ਦੇ ਅੰਦਰ ਕੰਪਲੀਟ ਤਮੈਂਦੋ ਗਾਂਬਾ ਗਾਂਬਾ ਇਨਕਲ ਬਿਲਾ ਕੰਪਲੀਟਲੀ ਲਾਤ ਸਿੱਧੀ ਕੀਤੇ ਬਗੈਰ ਦਰੁਸ ਕੰਪੇ ਵਿਰੋਯਾ ਉੱਤੇ ਕੰਨ ਦੇ ਭੇ ਕੋਰਟਾ ਪਾਸਟੂਰਾ ਜਿਹੜਾ ਉਹ ਤੁਹਾਨੂੰ ਕੰਪਲੀਟਲੀ ਜਿਹੜੀ ਲਾਤ ਉਹ ਦਿਸਤਾਂ ਦੇ ਅੰਦਰ ਕਰਨੀ ਪਹਵੇਗੀ ਇੱਕ ਕੁਐਸਚਨ ਸੀ ਫਾਲਸੋ ਠੀਕ ਹੈ ਇਹ ਕੁਐਸਚਨ ਸਾਡੇ ਕੋ ਲੱਗੇ ਆ ਗਿਆ ਵੇਰੋ ਜਿਹੜਾ ਪ੍ਰੋਪਰ ਹੈਉਣ ਲੱਤਾਂ ਦੇ ਬਾਰੇ ਦੱਸ ਰਿਹਾ ਹੈ ਉਹ ਪੈਰਾਂ ਦੇ ਬਾਰੇ ਦੱਸਣ ਕਿਵੇਂ ਹੋਣੀ ਚਾਹੀਦੀ ਨੇ

ਮੈਂ ਤੋਂ ਜੇ ਉਹ ਤੁਹਾਡਾ ਪੈਰ ਹੈ ਗਿਆ ਵੇ ਸਜੇ ਬਨੇ ਜਿੱਥੇ ਕਿ ਤੇਸਰ ਬ੍ਰੇਕ ਹੁੰਦੀ ਹੈ ਤੁਹਾਡੇ ਉਹ ਆਸਾਨੀ ਨਾਲ ਇਤਲੋ ਨੇ ਪਰ ਆਜ਼ਿਉਨਾਰੇ ਦੋ ਮਾਤਲੋਨੀਆ ਦੇ ਉੱਤੇ ਜਿਹਨਿਕੇ ਇਹ ਆਸਾਨੀ ਨਾਲ ਘੁਮਾ ਸਕੇ ਪੈਰ ਪੈਰ ਇਹ ਪੈਦੀ ਜਿਹੜਾ ਪੈਰ ਦੀ ਪੈਦੀ ਹੈ ਪੈਦੀ ਪੈਡਾਲੀ ਦੇ ਐਕਸਲਰੇਟਰ ਐਕਸੀਲੇਟਰ ਦੇ ਪੈਡਲ ਦੇ ਉੱਤੇ ਇਹ ਦਲ ਫਰੇਨੋ ਔਰ ਬ੍ਰੇਕ ਦੇ ਪੈਡਲ ਦੇ ਉੱਤੇ ਤਿੰਨ ਚੀਜ਼ਾਂ ਹੁੰਦੀਆਂ ਨਾ ਬ੍ਰੇਕ ਹੁੰਦੀ ਹੈ ਐਕਸਲੇਟਰ ਹੁੰਦਾ ਹੈ ਰੇਸ ਰੇਸ ਔਰ ਕਲਚ ਜਿਹੜਾ ਸੱਜੇ ਵਾਲਾ ਪੋਦੀ ਸੱਜੇ ਲੈ ਪੈਰ ਦੀ ਗੱਲ ਕਰ ਰਹੇ ਨੇ ਇਹ ਤੁਹਾਡਾ ਜਿਹੜਾ ਨਾ ਪੈਰ ਸੱਜੇ ਵਾਲਾ ਇਹ ਸਭਾ ਯਾਨੀ ਕਿ ਇਹ ਜਦ ਤੁਸੀਂ ਆਪੋ ਜਹਾੜੀ ਕੀਤਾ ਹੋਵੇ ਤਾਂ ਉਥੇ ਆਰਾਮ ਨਾਲ ਇਹ ਕੰਮ ਕਰ ਸਕਿਆ ਅੱਜ ਪੂਰੋ ਤਾਰੇ ਚੰਨ ਨਾਲ ਕੰਮ ਸੁਕਿਆ ਅੱਜ ਵੇਲਾ ਅੱਜ ਵਲਾ ਮੈਂ ਤੇ ਆਸਾਨੀ ਦੇ ਨਾਲ ਸੁਹਲ ਦੇ ਨਾਲ ਤੇ ਲੋਨੇ ਪਰ ਅਜਿਉਂਾਰੇ ਔਨ ਕਰਨੀ ਪੈਦੌਲੀ ਦਲਾ ਚਲ ਚਲ ਰਾ ਤੋਰੇ ਉਹ ਦਲਾ ਫreno ਜਿਹੜਾ ਪੈਡਲ ਹੈਗੇ ਨੇ ਐ ਐਕਸੀਲੇਟਰ ਦਾ ਔਰ ਬ੍ਰੇਕਾਂ ਦਾ ਉਸ ਨਾਲ ਇਹ ਦੋਵਾਂ ਪੱਲੇ ਇਸਤੇਮਾਲ ਕੀਤਾ ਜਾ ਸਕਿਆ ਦਰ ਉਸ ਕਿਨ ਪਰ ਹੋਇਆ ਕਹਿੰਦੇ ਇਲ ਸੇਦੀਲੇ ਰੈਗੋਲਾ ਮੈ ਰੈਗੋਲਾਟੋ ਕੋਰੇਟAMENTE ਜੇ ਸੀਟ ਰੈਗੂਲਰ ਹੋਵੇ ਕੋਰੈਕਟਲੀ ਸੇ ਇਲ ਪੀਏਦੀ ਸਿਨਿਸਟਰੋ ਜੇ ਕੱਬੇਲੇ ਪਿਆ ਜਿਹੜਾ ਪੋ ਅਪੋਜਿਆਰੇ ਅਸ ਸਿਨਿਸਟਰਾ ਇੱਕ ਤੁਸੀਂ ਪੋਜਿਆਰੇ ਕਰ ਸਕਦੇ ਹੋ ਖੱਬੇ ਵੀ ਖੱਬੇਲੇ ਪਿਆ ਜੇ ਸੱਜੇ ਨਾਲ ਸਾਨੂੰ ਸਮਝ ਲੱਗੀ ਦੋਵਾਂ ਪੈਰਾਂ ਤੇ ਰੇਸ ਤੇ ਬ੍ਰੇਕ ਤੇ ਹੋਣਾ ਚਾਹੀਦਾ ਠੀਕ ਹੈ ਇਨਕੇ ਨਾਲ ਤੇ ਸੱਜੇਲੇ ਪੈਰ ਜਿਹੜਾ ਨਾ ਇਹ ਅਪੋਜਿਆਰੇ ਕਰ ਸਕਦੇ ਹੋ ਤੁਸੀਂ ਸਿਨਿਸਟਰਾ ਦਿਲਾ pedaleria quando a riposa kene jad riposo le jad clutch te chad dabana tad hi istemal karna na theek hai otherwise sajje banne ik jaga bani hundi hai khabbe side te jithe tusi pair apna rakh sakde ho apo jiare kar sakde ho theek hai kayian truckan de utthe hai freno di freno motor de button vi lagge hunda hai theek hai je tuhanu yaad ho reha freno motor de button vi utthe hi te lagge hunda hai utthe jaga hundi hai bani hui jithe riposo layi pair tusi rakh sakde ho khabbe la ਜੇ ਤੁਸੀਂ ਕਲਚ ਨਹੀਂ ਯੂਜ਼ ਕਰਦੇ ਪੇ ਤੇ ਖੱਬੇ ਵਾਲਾ ਪੈਰ ਤੁਸੀਂ ਅਪੋਜਿਆਰੇ ਕਰ ਸਕਦੇ ਹੋ ਪੇ ਦਲੇਆ ਰ ਤੇ ਠੀਕ ਹੈ ਕਹਨੇ ਬੇ ਸੇਲ ਪੈਦੋ ਨਹੀਂ ਪਿਆ ਦੀ ਸਨੀ ਜੇ ਖੱਬੇ ਵਾਲਾ ਪੈਰ ਆਪੋਜਿਆਰ ਇਸ ਤਰ੍ਹਾਂ ਖੱਬੇ ਪੈਰ ਕਰ ਸਕਦੇ ਹੋ ਦਲਾ ਪੇ ਦਲੇਆ ਕਵਾਂਡੋ ਆ ਰੀਪੋਸੋ ਜਦੋਂ ਤੁਸੀਂ ਰੀਪੋਸੋ ਕਰਦੇ ਹੋ ਕਦੇ ਖਬੀ ਸਾਈਡ ਤੇ ਆਪੋਜਿਆਰੇ ਕਰ ਸਕਦੇ ਹੋ ਦੂਜੇ ਕਿੰਨੇ ਵੇਰੋ ਹੈ ਅਲਚੀ ਮੈਂ ਚੰਦ ਸੋਇਆ ਸੀਡ ਬੈਲ ਪਾਣਾ ਸੀਡ ਬੈਲ ਜਣਾ ਪਾਣਾ ਨਾ ਸੀਡ ਬੈਲ ਪਾਉਣਾ ਵੀ ਲਾਜ਼ਮੀ ਹੁੰਦਾ ਕੀ ਖਿਆਲ ਹੈ ਇਹ ਤੁਹਾਨੂੰ ਜ਼ਿਆਦਾ ਨੁਕਸਾਨ ਤੋਂ ਵੀ ਜਾਂਦਾ ਭਾਵੇਂ ਏਅਰ ਬੈਗ ਵੀ ਹੋਣ ਨਾ ਤੇ ਫੇਰ ਵੀ ਇਹ ਜ਼ਿਆਦਾ ਨੁਕਸਾਨ ਤੋਂ ਵੀ ਜਾਂਦਾ ਹੈ ਸੀਟ ਬੈਲ ਤੁਹਾਨੂੰ ਇੱਕ ਜਿਆਦਾ ਬੰਨ ਕੇ ਰੱਖਦਾ ਹੈ ਨਾ ਇਸ ਕਰਕੇ ਕਹਿੰਦੇ ਬੇ ਯਾਨੀ ਕਿ ਕੋਈ ਮਾੜੀ ਚੰਗੀ ਹੋਵੇ ਤਾਂ ਉਸ ਸੂਰਤ ਵਿੱਚ ਇਹ ਬਹੁਤ ਹੈਲਪਫੁਲ ਹੁੰਦਾ ਹੈ ਜਿਹਦੇ ਬਾਰੇ ਅਸੀਂ ਬੀ ਦੇ ਵਿੱਚ ਸੀ ਦੇ ਵਿੱਚ ਕਾਫੀ ਕੁਝ ਪੜਿਆ ਹੋਇਆ ਹੈ ਕਹਿੰਦੇ ਪਰ ਅਭੀ ਤਾਂ ਇੱਥੇ ਕੋਈ ਇੱਕੋ ਇੱਕ ਕੁਐਸਚਨ ਇੱਥੇ ਪਰ ਅਭੀ ਤਾਂ ਰਿਸਕੀ ਦੀ ਤਰੋਮਾ ਚਟ ਚੋਟ ਵਗੈਰਾ ਲੱਗਣ ਤੋਂ ਅਲਾ ਕੋਲਾ ਨਾ ਵਰਤੀ ਬਰਾਲੇ ਕੋਲਾ ਨਾ ਵਰਤੀ ਬਰਾਲੇ ਨੂੰ ਚੋਟ ਵਗੈਰਾ ਲੱਗਣ ਤੋਂ ਬਚਣ ਲਈ ਇਲ ਕੰਦੂਚਿਆਂ ਦੇ ਦੇਵੇ ਮੈਂਟੇਨੇਰੇ ਲਈ ਜੰਤੂ ਰਿਜ ਕਿਉਂਦਾ ਡਰਾਈਵਰ ਚਾਹੀਦਾ ਮੈਂਟੇਨ ਰੱਖਾ ਸੀਟ ਬੈਲਟ ਆਪਣਾ ਨੋਨ ਐਧਰੇਨਟੀਲ ਕੋਲਪੋ ਕੋਰਪੋ ਜਿਹੜਾ ਕਿ ਪਕੜ ਕੇ ਨਾ ਰੱਖੇ ਤੁਹਾਡੇ ਕੋਰਪੋ ਨੂੰ ਜਿਸਮ ਯਾਰ ਪਕੜ ਕੇ ਕਾਤੂ ਨਾ ਰੱਖੇ ਗਲਤ ਕਿ ਨਿਫਾਸ ਹੈ ਪਕੜੇ ਹੀ ਰੱਖਣਾ ਚਾਹੀਦਾ ਉਹਦਾ ਫਿਰ ਕੰਮ ਕੀ ਫਾਇਦਾ ਕੀ ਸੀਟ ਬੈਲਟ ਦਾ ਇਸ ਕਰਕੇ ਫਾਲਸੋ ਲੋ ਜੀ ਪੋਜੀ ਤੇਸਤਾ ਪੋਜੀ ਤੇਸਤਾ ਜੀ ਮੈਂ ਤੁਹਾਨੂੰ ਦੱਸਿਆ ਕਿ ਕਿ ਨਾ ਅਸਕੇ ਨਾ ਜਿਹੜੇ ਸਕਨਾਂ ਲੇ ਯਾਨਕੀ ਸੀਟ ਬਰ ਸੀਟ ਜਿਹੜੀ ਉਹਦੇ ਨਾਲ ਲੱਗੀ ਹੋਣੀ ਜਿਹਦੇ ਕਾਰਨ ਤੁਹਾਡੀ ਕਮਰ ਤੇ ਉਹ ਤੂੰ ਪੋਜੀ ਤੇਸਤਾ ਜਿਹੜਾ ਮੈਂ ਤੁਹਾਨੂੰ ਦੱਸਿਆ ਮੈਕਸ 10 ਸੈਂਟੀਮੀਟਰ ਤੁਹਾਡੇ ਪੋਜੀਟੇਸ ਦੇ ਦੂਰੀ ਹੋਣੀ ਚਾਹੀਦੀ ਹੈ ਔਰ ਇਹ ਉਹਨੂੰ ਸੈਟਿੰਗ ਪੂਰੀ ਹੋਣੀ ਹੋਣੀ ਚਾਹੀਦੀ ਹੈ ਉੱਤੇ-ਥੱਲੇ ਕਰਕੇ ਆਪਣੇ ਕਦ ਵਗੈਰਾ ਆਪਣੇ ਢਾਂਚੇ ਵਗੈਰਾ ਦੇ ਹਿਸਾਬ ਨਾਲ ਠੀਕ ਹੈ ਪੋਜੀਸ਼ਨ ਜਿਹੜੀ ਹੈ ਤੇ ਕਹਿੰਦੇ ਪੋਜੀਟੇਸ ਜਿਹੜਾ ਐਡ ਗੋਟਾ ਮੈਂ ਤਾਂ ਪੋਜੀਸ਼ਨ ਆਟੋ ਜੇ ਪੋਜੀਟੇਸ ਦਾ ਮناسب ਪੋਜੀਸ਼ਨ ਆਤੋ ਵਾ ਆਪਣਾ ਸਪੋਜੀਸ਼ਨ ਵਿੱਚ ਹੋਵੇ ਲਾ ਸੋਮਿਤਾ ਦਲ ਕਾਪੋ ਦਲ ਕੰਡੂਚੈਂਤੇ ਸੋਮਿਤਾ ਉੱਪਰ ਜਿਹੜਾ ਹੈ ਕਾਪ ਦਲ ਜਿਹੇ ਸਿਰ ਦੇ ਹੁੰਦਾ ਹੈ ਦਲ ਕੰਡੂਚੈਂਤੇ ਡਰਾਈਵਰ ਦਿੱਤਾ ਹੈ ਜੇ ਸਹੀ ਪੋਜੀਸ਼ਨ ਦੇ ਵਿੱਚ ਹੋਵੇ ਕੋਰਟਾਮੈਂਤੇ ਸੈਡੂਟੋ ਜੇਕਰ ਸਹੀ ਤੁਸੀਂ ਬੈਠੇ ਹੋਇਓ ਸਿਤ੍ਰੋਵਾ ਅਲਾ ਅਲਟੇਦਾ ਦਲ ਬੋਰਡੋ ਸੁਪਰੀਓਰੇ ਦਲ ਪੋਜੀਤੇਸਾ ਇਹ ਉੱਪਰ ਉੱਪਰਲੇ ਸੈਟ ਤੇ ਮਿਲੇਗਾ ਜਿਹੜਾ ਪੋਜੀਤੇਸਤਾ ਵਾਸਤੇ ਸਾ ਦਰੋਸਕੈਂ ਬੇਵੀਰੋਆ ਯਾਨੀ ਕਿ ਇਹ ਤੁਹਾਡੇ ਸਿਰ ਦੇ ਬੈਕ ਸਾਈਡ ਦੇ ਜਿਹੜੀ ਹੈ ਨਾ ਉਹ ਦੇ ਜੋ ਜਿਹੜੇ ਸਿਰ ਦੇ ਬੈਕ ਸਾਈਡ ਨੂੰ ਉੱਤੇ ਹੁੰਦਾ ਹੈ ਉਹ ਤਕਰੀਬਨ 10 10 ਸੈਂਟੀਮੀਟਰ ਜਿਹੜਾ ਪਿੱਛੋਂ ਹੈ ਤੁਹਾਨੂੰ ਸਪੇਸ ਮਿਲ ਸਕਦਾ ਠੀਕ ਹੈ ਇਨਿਕ ਬੋਰਡ ਵਾਲ ਤੋਂ ਮਰਾਦ ਇਸੇ ਤਰ੍ਹਾਂ ਆ ਮਿਲੇਗਾ altezza ਉਚਾਈ ਯਾਨੀ ਕਿ ਕੋਰੈਕਟ ਜਿਹੜਾ ਰੈਗੂਲਰ ਕਰਨੇ ਹੈ ਨਾ ਇਸੇ ਤਰ੍ਹਾਂ altezza ਉਚਾਈ ਵਿੱਚ ਮਿਲੇਗਾ del bordo superiore del poggiatesta ਜਿਹੜਾ ਉਹ ਸਪਰ ਉੱਪਰਲਾ ਜਿਹੜਾ ਜਿੱਥੇ ਖਤਮ ਹੁੰਦਾ ਹੈ ਪੋਜੀਏ ਤੇਸਤਾ del poggiato stesso ਜਿਹੜਾ ਪੋਜੀਆਰ ਕਰਨਾ ਹੈ ਉਹ ਤੁਹਾਡੇ ਸਿਰ ਦੇ ਬਰਾਬਰ ਹੋਣਾ ਚਾਹੀਦਾ ਕੋਰੈਕਟ ਜਿਹੜਾ ਤੁਸੀਂ ਪੋਜੀਆਰ ਕਰਨਾ ਨਾ ਸਿਰ ਪੋਜੀਤੇਸਤਾ ਹੈ

ਦਲਾ ਸਪਾਲੇ ਕਿੰਨੇ ਤੇ ਤੁਹਾਡੇ ਆ ਕੰਨਿਆਂ ਤੋਂ ਉੱਪਰ ਹੋਵੇਗਾ ਦਿਲ ਕੰਦੂਜਿਆਂ ਦੇ ਡਰਾਈਵਰ ਦੇ ਕੁਰਾਤਾ ਮਹਿਨ ਤੇ ਸੈਡੂਤੋ ਜੇ ਕਰੈਕਟਲੀ ਤੁਸੀਂ ਬੈਠੇ ਹੋ ਤੇ ਦੇਖੋ ਜੀ ਕੰਨਿਆਂ ਤੋਂ ਉੱਪਰ ਨਹੀਂ ਹੁੰਦਾ ਇਹ ਵੀ ਇਹ ਤੁਹਾਡੇ ਸਿਰ ਦੇ ਬਰਾਬਰ ਉਚਾਈ ਦੇ ਸਾਰ ਨਾਲ ਹੋਵੇਗਾ ਠੀਕ ਹੈ ਅਸੀਂ ਉੱਤੇ ਪੜ ਕੇ ਆਇਆ ਡਿਟੇਲ ਦਿਨਾਂ ਦੱਸਿਆ ਨੇ ਪਹਿਲਾ ਕੁਐਸਚਨ ਇਸ ਕਰਕੇ ਗਲਤ ਕਿਨ ਫਾਲਸ ਹੋਇਆ ਸਪਾਲੇ ਉਹਨੇ ਕੰਨਿਆਂ ਵਗੈਰਾ ਕੰਦੇ ਵਗੈਰਾ ਜੋ ਸ਼ੋਲਡਰ ਹੁੰਦੇ ਨੇ ਉਹਨਾਂ ਤੋਂ ਉੱਪਰ ਨਹੀਂ ਫਾਲਸ ਹੋਓ ਜੀ ਦੇ ਕੰਨਿਆਂ ਦੇ ਕੁਐਸਚਨ ਨੰਬਰ 7 ਦੇ ਵਿੱਚ ਇਹ ਕਹਿੰਦੇ ਐਲੀਮੀਨਾਰੀ ਦਲ ਪੋਜੀਟਿਵ ਤਾਂ ਕਹਿੰਦੇ ਜੇ ਪੋਜੀਟਿਵ ਤਾਂ ਤੁਸੀਂ ਲ ਅਫਾਟਿਕਮੈਂਟ ਟਕਾਵਟ ਹੋਣ ਤੋਂ ਦੁੱਦਲ ਤਰਾਤੋ ਚੇਰੀ ਵਿਕਾਲੇ ਸਰਵਿਕਲ ਹੁੰਦਾ ਜਿਹੜਾ ਪਾਰਟ ਗਰਦਨ ਦਾ ਹੁੰਦਾ ਹੈ ਨਾ ਮਣਕਾ ਜਿਸ ਨੂੰ ਅਸੀਂ ਕਹਿੰਦੇ ਨੇ ਗਰਦਨ ਦੇ ਪਿੱਛੇ ਰੀੜ ਦੀ ਹੱਡੀ ਉੱਤੇ ਤਉਣੀਆਂ ਆਉਂਦੀ ਹੈ ਦੈਲਾ ਕੋਲੋਨਾ ਵਰਟੇਬਰਾਲੇ ਕੋਰਟਾ ਕੋਲੋਨਾ ਵਰਟੇਬਰਾਲੇ ਦੇ ਪਾਰਟ ਜਿਹੜਾ ਨਾ ਉਹ ਕਵ ਚਰਵਿਕਲ ਨੂੰ ਕਹਿੰਦੇ ਨੇ ਟਕਾਵਟ ਤੋਂ ਪਜਾਂਦਾ ਹੈ ਦੇਖੋ ਜੀ ਜੇ ਉਹ ਨਾ ਹੋਇਆ ਕੋਲੋਨਾ ਵਰਟੇਬਰਾਲ ਡਾਈਜੈਰੀ ਪਾਰਟ ਹੈਗਾ ਨਾ ਜਰਵਿਕਾ ਹਲੇ ਜੇ ਪੋਜੀ ਤੇਸਾ ਨਾ ਹੋਇਆ ਤਾਂ ਉਹਨੂੰ ਜ਼ਿਆਦਾ ਨੁਕਸਾਨ ਹੋਣ ਦਾ ਖਤਰਾ ਹੈ ਜੇ ਇੱਕਦਮ ਕੋ ਚਟਕਾ ਲੱਗੇ ਤੇ ਤੋਂ ਕੋਈ ਵਾਰੀ ਸਾਲੀ ਨਹੀਂ ਜਾਂਦੀ ਹੈ ਵੀ ਤੇ ਗਰਦਨ ਵਗੈਰਾ ਦੀ ਚੋਟ ਕੋਲਪੋ ਦੀ ਫਿਰੋਸਤਾ ਜਿਹੜਾ ਉਹ ਹੋ ਸਕਦੇ ਸਕੇ ਐਲੀਮੀਨਾਰੀ ਤੇ ਕਿਸੇ ਜ਼ੁਰਤ ਕਾਰਨ ਜੇ ਡਿਫਾਲਸ ਹੋਇਆ ਰੈਗੂਲੇਸ਼ਨ ਦੇ ਇਸਪੈਕਟ ਦੇ ਵੀ ਰੈਗੂਲਰ ਕਰਨਾ ਪਿੱਛੇ ਵਗਨ ਵਾਲੀ ਚੀਜ਼ ਹੈ ਰੇਗਲ ਕਰਨ ਤੋਂ ਮਰਾਜ਼ ਯਾਨੀ ਕਿ ਜਿੱਥੇ ਤੁਸੀਂ ਪੋਸਚੁਰਾ ਦੀ ਗਵਿਦਾ ਤੁਹਾਡਾ ਹੋਣਾ ਚਾਹੀਦਾ ਜਿੱਥੇ ਤੁਹਾਨੂੰ ਸਹੀ ਆਰਾਮ ਦੇ ਨਾਲ ਅੱਗੇ ਪਿੱਛੇ ਹੋਏ ਬਗੈਰ ਸਜੇਗਾ ਹੋਏ ਬਗੈਰ ਸਭ ਕੁਝ ਨਜ਼ਰ ਆ ਜਾਏ ਸ਼ੀਸ਼ਿਆਂ ਦੇ ਵਿੱਚੋਂ ਲੱਕਰਤਾ ਪੋਸਚੁਰਾ ਕੌਨਸਿਆ ਤੇ ਕੌਰਕਟ ਪੋਸਚੁਰਾ ਜਿਹੜਾ ਜਾਜ਼ ਨਦਾ ਐਲਕੰਦੋ ਜਿੰਦੇ ਡਰਾਈਵਰ ਨੂੰ ਦੀਆ ਵੇਰੇ ਓਨਾ ਬੋਨਾ ਵਿਜੂਆਲੇ ਅਤ੍ਰਿਵਰਸੋ ਲਿਸਪੇਕੀ ਤ੍ਰਿਵਿਜ਼ੋਰੀ ਵਧੀਆ ਤੁਸੀਂ ਦੇਖ ਸਕੋ ਅਤ੍ਰਿਵਰਸੋ ਲਿਸਪੇਕੀ ਤ੍ਰਿਵਿਜ਼ੋਰੀ ਪਿੱਛੇ ਵੇਖਣਾ ਸ਼ੀਸ਼ਿਆਂ 'ਚ ਸੈਂਸ ਸਾਸ ਪੋਸਟਾਰ ਸੇ ਸੇਦੀਆ ਬਿਨਾ ਪੋਸਟਾਰੇ ਹੋਇਆ ਸੇਦੀਏ ਤੋਂ ਸੀਟ ਤੂ ਹਟੇ ਬਗੈਰ ਤੁਸੀਂ ਆਰਾਮ ਨਾਲ ਦੇ ਸਕੋ ਤੇ ਦਰਸ਼ਕਾਂ ਦੇ ਪਿਰੋਆ ਸੀਟ ਤੂ ਅੱਗੇ ਪਿੱਛੇ ਸੱਜੇ ਖੱਬੇ ਹੋਏ ਬਗੈਰ ਸਭ ਸਾਰੇ ਸ਼ੀਸ਼ੇ ਨਜ਼ਰ ਆਉਣੇ ਚਾਹੀਦੇ ਨੇ ਸੈਂਸਸ ਪਸਤਾਰੇ ਬਿਨਾ ਪਸਤਾਰੇ ਯਾਨੀ ਕਿ ਸੱਜੇ ਖੱਬੇ ਅੱਗੇ ਪਿੱਛੇ ਉਹ ਬੰਦੇ ਦੇਖਦੇ ਨਾ ਉਹ ਨਹੀਂ ਹੋਣਾ ਚਾਹੀਦਾ ਇਹ ਵੀ ਕਰੈਕਟ ਪਸਤੂਰਾ ਹੋਉਂਦਾ ਹੈ ਜਿਸ ਟਾਈਮ ਜਿਹਦੇ ਅਕੋਰਡਿੰਗ ਤੁਹਾਡੇ ਸ਼ੀਸ਼ੇ ਸੈੱਟ ਹੋਣੇ ਚਾਹੀਦੇ ਨੇ ਫਿਰ ਹੋਇਆ ਤੇ ਲੋ ਜੀ ਪਹਿਲਾ ਪਾਠ ਜਿਹੜਾ ਨਵੇਂ ਚੈਪਟਰ ਦਾ ਇਹ ਖਤਮ ਆਇਆ ਤਾਂ ਦੋਹੀ ਪਾਠ ਹੋਣਗੇ ਦੂਸਰਾ ਪੈਟਰਿਸ ਤੋਂ ਬਾਅਦ ਸ਼ੁਰੂ ਕਰਨੇ ਆ ਜਿਹਦੇ ਵਿੱਚ ਅਸੀਂ ਮਿਲ ਰਾਂ ਤੁਹਾਡੇ ਕੰਡੀਸ਼ਨ ਫਿਜ਼ੀਕਲ ਫਿਜ਼ੀਕਲ ਕੰਡੀਸ਼ਨ ਠੀਕ ਹੋਣੀ ਜਿਹੜੇ ਡਰਾਈਵਰ ਦੀ ਠੀਕ ਹੈ ਇਹਦੇ ਬਾਰੇ ਔਰ ਉਹਦੇ ਔਰ ਪਲਾਸੀ ਦੇ ਵਿੱਚ ਇਨ ਫਰਟੂਨੀਅਸ ਵਲੋਵੇਰ ਲਵੋਰੋ ਔਰ ਬਗੈਰਾ ਵੈਰਾ ਹੋਰ ਚੀਜ਼ਾਂ ਪੜਾਂਗੇ ਜੇ ਵੀਡੀਓ ਬਦ ਲੱਗੇ শেয়ার ਲਗੋ ਸ਼ੇਅਰ ਕਰਦੇ ਰਹੋ ਕਿਉਂਕਿ ਸ਼ੇਅਰ ਕਰੋਗੇ ਤਾਂ ਬਾਕੀਆਂ ਲੋਕਾਂ ਨੂੰ ਪਤਾ ਲੱਗੇਗਾ ਚੀਕ ਜੀ ਆਸਾਨ ਹੈ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਦੂਸਰੀ ਵੀਡੀਓ ਵਿੱਚ ਤਦ ਤੱਕ ਲਈ ਜਾਸ ਦਿਓ ਫਿਆ ਮਨਲਾ